ਨਹੀਂ ਲਭ ਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਲਭ ਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਾਮ ਜਪ ਲੈ ਸੰਗਤ ਵਿੱਚ ਆ ਕੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਾਮ ਜਪ ਲੈ ਸੰਗਤ ਵਿੱਚ ਆ ਕੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਣੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਣੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ 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 ਨਹੀਂ ਉਹ ਲੱਭਣੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਣੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਸਫਲੀ ਜਵਾਨੀ ਨਹੀਂ ਉਹ ਮਿਲਦਾ ਮਨੁੱਖਾ ਜਨਮ ਆਪੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਾਮ ਜਪ ਲੈ ਸੰਗਤ ਵਿੱਚ ਆ ਕੇ ਸਵਾਸਾਂ ਨੂੰ ਨਾ ਰੋਲ ਬੰਦਿਆ ਓਏ ਨਹੀਂ ਉਹ ਲੱਭਣੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਣੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਸਵਾਸਾਂ ਨੂੰ ਨਾ ਰੋਲ ਬੰਦਿਆ
ਸਵਾਸਾਂ ਨੂੰ ਨਾ ਰੋਲ ਬੰਦਿਆ, 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 ਨਹੀਂ ਉਹ ਲੱਭਣੇ ਲਾਲ ਗੁਆਚੇ, ਸਵਾਸਾਂ ਨੂੰ ਨਾ ਰੋਲ ਬੰਦਿਆ, ਨਹੀਂ ਉਹ ਲੱਭਣੇ ਹੋਏ ਲਾਲ ਗੁਆਚੇ, ਸਵਾਸਾਂ ਨੂੰ ਨਾ ਰੋਲ ਬੰਦਿਆ। ਕਿਸੇ ਨਹੀਂ ਉਹ ਖੱਟਿਆ, ਗੂੜ ਵਿੱਚ ਨੇ ਹੋਲਾ ਕੇ ਕਿਸੇ ਨਹੀਂ ਉਹ ਖੱਟਿਆ, ਪੀ ਲੈ ਨਾਮ ਰਸ ਕਿਉਂ ਸਵਾਦਾਂ ਤੈਨੂੰ ਪੁੱਟਿਆ, ਪੀ ਲੈ ਨਾਮ ਰਸ ਸਵਾਦਾਂ ਤੈਨੂੰ ਪੁੱਟਿਆ, ਸਵਾਦਾਂ ਤੈਨੂੰ ਪੁੱਟਿਆ, ਨਹੀਂ ਮਿਲਦੇ ਪੁੰਨ ਗੁਆਚੇ, ਓਏ ਨਹੀਂ ਮਿਲਦੇ ਪੁੰਨ ਗੁਆਚੇ, ਸਵਾਸਾਂ ਨੂੰ ਨਾ ਰੋਲ ਬੰਦਿਆ, ਨਹੀਂ ਉਹ ਲੱਭਣੇ ਲਾਲ ਗੁਆਚੇ, ਸਵਾਸਾਂ ਨੂੰ ਨਾ ਰੋਲ ਬੰਦਿਆ, ਨਹੀਂ ਉਹ ਲੱਭਣੇ ਲਾਲ ਗੁਆਚੇ, ਸਵਾਸਾਂ ਨੂੰ ਨਾ ਰੋਲ ਬੰਦਿਆ, 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 ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ 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 ਸਿਮਰੋ ਵਾਹਿਗੁਰੂ, ਵਾਹਿਗੁਰੂ 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 ਸਿਮਰੋ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਨਾਮ ਜਾ
जप लै संगत विच आके श्वासनु न रोल बंदिया नहीं लभने लाल गुआचे श्वासनु न रोल बंदिया श्वासनु न रोल बंदिया श्वासनु न रोल बंदिया श्वासनु न रोल बंदिया श्वासनु न रोल ਸਵਾਸਾਨੂ ਨਾ ਰੋਲ ਬੰਦਿਆ ਸਵਾਸਾਨੂ ਨਾ ਰੋਲ ਬੰਦਿਆ ਸਵਾਸਾਨੂ ਨਾ ਰੋਲ ਬੰਦਿਆ ਸਵਾਸਾਨੂ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਨੂ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਬੋਝ ਐਵੇਂ ਪਾਪਾ ਦਾ ਨਹੀਂ ਸਿਰ ਉੱਤੇ ਚਾਹੀਦਾ ਬੋਝ ਐਵੇਂ ਪਾਪਾ ਦਾ ਨਹੀਂ ਸਿਰ ਉੱਤੇ ਚਾਹੀਦਾ ਸਿਰ ਉੱਤੇ ਚਾਹੀਦਾ ਦੰਡ ਜੰਮਾਂ ਵਾਲਾ ਸਹਿਣਾ ਪਊ ਜਾ ਕੇ ਜੰਮ ਡੰਡਾਂ ਵਾਲਾ ਦੰਡ ਜੰਮਾਂ ਵਾਲਾ ਸਹਿਣਾ ਪਊ ਜਾ ਕੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਾਮ ਜਪ ਲੈ ਸੰਗਤ ਵਿੱਚ ਆ ਕੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਸਾਨੂੰ ਸਿਮਰਨ ਦੀ ਮਾਲਾ ਬਣਾਈ ਦਾ ਸਵਾਸਾਂ ਨੂੰ ਸਿਮਰਨ ਦੀ ਮਾਲਾ ਬਣਾਈ ਦਾ ਸੁਪਨੇ ਸੰਸਾਰ ਵਿੱਚ ਚਿੱਤ ਨਹੀਂ ਲਾਈ ਦਾ ਇਹ ਸੰਸਾਰ ਇੱਕ ਸੁਪਨਾ ਹੈ ਹਜ਼ੂਰ ਬਾਣੀ ਵਿੱਚ ਵੀ ਬਖਸ਼ਿਸ਼ ਕਰਦੇ ਹਨ ਸੁਪਨੇ ਛੇਤੀ ਚਿੱਤ ਮੂਰਖ ਲਾਇਆ ਓਏ ਮੂਰਖਾ ਕਦੀ ਸੁਪਨੇ ਵੀ ਸੱਚੇ ਹੋਏ ਹਨ
ਸੋਚ ਇਹ ਸੰਸਾਰ ਵੀ ਸੁਪਨਾ ਹੈ। ਜਿਤਨੇ ਧੀਆਂ ਪੁੱਤਰ ਧਨ ਦੌਲਤ ਮਹਿਲ ਮਾਰੀਆਂ ਜਦੋਂ ਪ੍ਰਾਣ ਪੰਖੇਰੂ ਉੱਡਣਗੇ ਇੱਕ ਛਿਨ ਵਿੱਚ ਸਭ ਕੁਛ ਪਰਾਇਆ ਹੋ ਜਾਏਗਾ। ਇਸ ਲਈ ਇਹ ਸੁਪਨਾ ਹੈ। ਸੁਪਨੇ ਨਾਲ ਚਿੱਤ ਲਾਉਣ ਵਾਲਾ ਮਨੁੱਖ ਕਦੇ ਤੋੜ ਨਹੀਂ ਅਪੜਿਆ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਸਵਾਸਾਂ ਨੂੰ ਸਿਮਰਨ ਦੀ ਮਾਲਾ ਬਣਾ। ਸਵਾਸ ਸਵਾਸ ਹਰ ਨਾਮ ਜਪ, ਬਿਰਥਾ ਸਵਾਸ ਮਤ ਖੋ, ਕਿਆ ਜਾਣੇ ਇਹ ਅੰਤਕਾਲ ਇਹ ਸਵਾਸ ਮਤ ਹੋ। ਕਿਸੇ ਨੂੰ ਕੀ ਪਤਾ ਹੈ ਕਿ ਜਿਹੜਾ ਸਵਾਸ ਮੈਂ ਜਪ ਰਿਹਾ ਸਤਨਾਮ ਸ੍ਰੀ ਵਾਹਿਗੁਰੂ, ਇਸ ਤੋਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਇਸ ਦਾ ਕਿਹਨੂੰ ਪਤਾ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਭਾਈ ਸਾਸ ਗਰਾਸ ਬੰਦਗੀ ਕਰ, ਸਵਾਸਾਂ ਦਾ ਕੋਈ ਪਤਾ ਨਹੀਂ। ਇੱਕ ਬਜ਼ੁਰਗ ਬਾਬਾ ਸਰੀਰ ਛੱਡਣ ਲੱਗਾ, ਸਾਰਾ ਪਰਿਵਾਰ ਆ ਕੇ ਬੇਨਤੀ ਕਰਨ ਲੱਗਾ, ਬਾਬਾ ਜਾਂਦਿਆਂ ਜਾਂਦਿਆਂ ਕੋਈ ਚੰਗੀ ਸੁਮਤੀ ਦੇ ਜਾ। ਇਹ ਬਜ਼ੁਰਗ ਬਾਬਾ ਕਹਿਣ ਲੱਗਾ, ਮੈਂ ਆਪਣੀ ਹੋਂਦ ਵਿੱਚ ਆਪਣੇ ਜੀਵਨ ਵਿੱਚ ਤੁਹਾਨੂੰ ਲੱਖਾਂ ਹੀ ਕਮਾ ਕੇ ਦਿੱਤੇ ਹਨ, ਹੁਣ ਮੇਰੇ ਸਵਾਸ ਸਮਾਪਤ ਹੋ ਗਏ ਹਨ ਅਤੇ ਕੁਝ ਖਰਚ ਕਰਕੇ ਕੁਝ ਪੈਸੇ ਦੇ ਕੇ ਅਤੇ ਸਵਾਸ ਲਿਆਓ ਤਾਂ ਮੈਂ ਤੁਹਾਨੂੰ ਸੁਮਤੀ ਦੇ ਸਕਦਾ ਹਾਂ। ਪਰ ਇਸ ਸਾਰੇ ਪਰਿਵਾਰ ਨੇ ਨੀਵੀਆਂ ਪਾ ਲਈਆਂ, ਆਖਿਆ ਬਾਬਾ ਇਹ ਸਵਾਸ ਤਾਂ ਕਿਸੇ ਵੀ ਕੀਮਤ ਤੋਂ ਮੁੱਲ ਨਹੀਂ ਮਿਲਦੇ। ਤਾਂ ਫਿਰ ਇਹ ਬਜ਼ੁਰਗ ਕਹਿਣ ਲੱਗਾ, ਫਿਰ ਇਹੀ ਉਪਦੇਸ਼ ਹੈ ਕਿ ਇਹਨਾਂ ਅਮੋਲਕ ਸਵਾਸਾਂ ਦੇ ਨਾਲ ਨਾਮ ਦੇ ਲਾਲਾਂ ਦੇ ਵਣਜ ਕਰਨਾ, ਤੁਹਾਡਾ ਸੰਸਾਰ 'ਤੇ ਆਉਣਾ ਵੀ ਅਤੇ ਸੰਸਾਰ ਤੋਂ ਜਾਣਾ ਵੀ ਧਨਤਾ ਦੇ ਯੋਗ ਹੋ ਜਾਏਗਾ। ਐਸਾ ਨਾ ਹੋਵੇ ਇਹ ਲਾਲ ਗੁਆਚ ਜਾਣ ਅਤੇ ਫਿਰ ਤੂੰ ਲੱਭਦਾ ਫਿਰੇ, ਇਹ ਲੱਭਣ ਵਾਲੇ ਨਹੀਂ ਹਨ। ਨਹੀਂ ਉਹ ਲੱਭਣੇ ਲਾਲ ਗੁਆਚੇ, ਸਵਾਸਾਂ ਨੂੰ ਨਾ ਰੋਲ ਬੰਨਿਆ। ਨਹੀਂ ਉਹ ਲੱਭਣੇ ਲਾਲ ਗੁਆਚੇ, ਸਵਾਸਾਂ ਨੂੰ ਨਾ ਰੋਲ ਬੰਨਿਆ। ਨਾਮ ਜਪ ਲੈ ਸੰਗਤ ਵਿੱਚ ਆ ਕੇ, ਸਵਾਸਾਂ ਨੂੰ ਨਾ ਰੋਲ ਬੰਨਿਆ। ਨਹੀਂ ਉਹ ਲੱਭਣੇ ਲਾਲ ਗੁਆਚੇ, ਸਵਾਸਾਂ ਨੂੰ ਨਾ ਰੋਲ ਬੰਨਿਆ। ਸਵਾਸਾਂ ਨੂੰ ਨਾ ਰੋਲ ਬੰਨਿਆ, 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 ਸਵਾਸਾਂ ਨੂੰ ਨਾ ਰੋਲ ਬੰਨਿਆ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਸਾਨੂੰ ਸਿਮਰਨ ਦੀ ਮਾਲਾ ਬਣਾਈ ਦਾ ਸਵਾਸਾਂ ਨੂੰ ਸਿਮਰਨ ਦੀ ਮਾਲਾ ਬਣਾਈ ਦਾ ਸੁਪਨੇ ਸੰਸਾਰ ਵਿੱਚ ਚਿੱਤ ਨਹੀਂ ਲਾਈ ਦਾ ਸੁਪਨੇ ਸੰਸਾਰ ਵਿੱਚ ਚਿੱਤ ਨਹੀਂ ਲਾਈ ਦਾ ਚਿੱਤ ਨਹੀਂ ਲਾਈਦਾ ਨਾਮ ਜਪ ਲੈ ਮਨੁੱਛਾ ਜਨਮ ਪਾ ਕੇ ਨਾਮ ਜਪ ਲੈ ਮਨੁੱਖਾ ਜਨਮ ਪਾ ਕੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਾਮ ਜਪ ਲੈ ਸੰਗਤ ਵਿੱਚ ਆ ਕੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ 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 ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਕੌਡੀ ਨਹੀਂ ਪੈਣਾ ਵੇ ਧੰਦਿਆਂ ਦਾ ਮੁੱਲ ਉੱਥੇ ਕੌਡੀ ਨਹੀਂ ਪੈਣਾ ਵੇ ਦਰਗੇ ਸਹਾਈ ਹੋਸੀ ਨਾਮ ਵਾਲਾ ਗਹਿਣਾ ਵੇ ਦਰਗੇ ਸਹਾਈ ਹੋਸੀ ਨਾਮ ਵਾਲਾ ਗਹਿਣਾ ਵੇ ਨਾਮ ਵਾਲਾ ਗਹਿਣਾ ਵਣਜ ਕਰ ਲੈ ਹਰੀ ਦਾ ਨਾਮ ਜਪ ਕੇ
ਨਾਮ ਕਰ ਲੈ ਉਹ ਵਣਜ ਕਰ ਲੈ ਹਰੀ ਦਾ ਨਾਮ ਜਪ ਕੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ 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 ਨਾਮ ਜਪ ਲੈ ਸੰਗਤ ਵਿੱਚ ਆ ਕੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਮਾਇਆ ਵਾਲੀ ਸੋਭਾ ਹੈ ਜਹਾਨ ਦੀ ਚਾਰ ਦਿਨ ਮਾਇਆ ਵਾਲੀ ਸੋਭਾ ਹੈ ਜਹਾਨ ਦੀ ਰਹਿੰਦੀ ਏ ਜੁਗੋ ਜੁਗ ਸੋਭਾ ਹਰੀ ਨਾਮ ਦੀ ਰਹਿੰਦੀ ਏ ਜੁਗੋ ਜੁਗ ਸੋਭਾ ਹਰੀ ਨਾਮ ਦੀ ਸੋਭਾ ਹਰੀ ਨਾਮ ਦੀ ਛੱਡ ਜਾਏਗਾ ਜੋ ਇੱਥੇ ਤੈਨੂੰ ਜਾਪੇ ਓਏ ਛੱਡ ਜਾਏਗਾ ਜੋ ਇੱਥੇ ਤੈਨੂੰ ਜਾਪੇ ਸਵਾਸਾਂ ਨੂੰ ਨਾ ਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ 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 ਸਵਾਸਾਂ ਨੂੰ ਨਾ ਰੋਲ ਇੱਕ ਸਵਾਸ ਸਾਡਾ ਕਿਤਨਾ ਕੁ ਅਮੋਲਕ ਹੈ ਜੋ ਬਿਨਾਂ ਜਪਣ ਦੇ ਵਿਅਰਥ ਜਾ ਰਿਹਾ ਇਹ ਕਦੇ ਜੀਵਨ ਵਿੱਚ ਮੁੜੇਗਾ ਨਹੀਂ ਮਿਲ ਸਕਦਾ ਜਿਹੜਾ ਜਲ ਇੱਕ ਵਾਰਾ ਨਦੀ ਤੋਂ ਲੰਘ ਜਾਂਦਾ ਉਹ ਕਦੇ ਮੁੜ ਕੇ ਨਹੀਂ ਆਉਂਦਾ ਜਿਹੜਾ ਦੁੱਧ ਥਣਾਂ ਤੋਂ ਬਾਹਰ ਆ ਜਾਂਦਾ ਉਹ ਮੁੜ ਕੇ ਕਦੇ ਥਣਾਂ ਵਿੱਚ ਨਹੀਂ ਗਿਆ ਅਤੇ ਜਿਹੜੇ
ਸਵਾਸ ਤੇਰੇ ਬਿਨਾਂ ਜਪਣ ਦੇ ਬੀਤ ਗਏ ਹਨ, ਕਦੇ ਜੀਵਨ ਵਿੱਚ ਆਉਣਗੇ ਨਹੀਂ ਕਦੇ ਨਹੀਂ ਆਉਣ ਵਾਲੇ। ਇਸ ਲਈ ਇਹਨਾਂ ਅਮੋਲਕ ਸਵਾਸਾਂ ਨੂੰ ਕੌਡੀਆਂ ਦੇ ਭਾਰਨਾ ਵਿੱਚ ਮਿੱਟੀ ਵਿੱਚ ਨਾ ਰੁਲਾ। ਐਸਾ ਨਾ ਹੋਵੇ ਕਿ ਜਿਸ ਵਾਹਿਗੁਰੂ ਨੇ ਤੈਨੂੰ ਅਮੋਲਕ ਸਵਾਸਾਂ ਦੀ ਪੂੰਜੀ ਦਿੱਤੀ ਹੈ, ਜਦੋਂ ਤੂੰ ਜਾਵੇਂ ਤਾਂ ਤੇਰੇ ਕੋਲ ਕੱਖ ਵੀ ਨਾ ਹੋਵੇ, ਕਿਉਂਕਿ ਜਦੋਂ ਤੂੰ ਆਇਆ ਸੈਂ ਤੇਰੇ ਕੋਲ ਸਵਾਸਾਂ ਦੀ ਪੂੰਜੀ ਸੀ, ਹੁਣ ਜਾਵੇਂ ਤਾਂ ਫਿਰ ਨਾਮ ਦੀ ਪੂੰਜੀ ਬਣ ਕੇ ਲੈ ਜਾ। ਅਤੇ ਫਿਰ ਬਈ ਤੇਰਾ ਇੱਥੇ ਵੀ ਅਤੇ ਦਰਗਾਹ ਵਿੱਚ ਵੀ ਆਉਣਾ ਜਾਣਾ ਤੇਰਾ ਤਨਤਾ ਦੇ ਯੋਗ ਹੋ ਜਾਏਗਾ, ਤੂੰ ਆਦਰਨੀਏ ਹੋ ਜਾਏਗਾ, ਆਦਰ ਪਾਏਗਾ ਭਾਈ, ਜੇ ਅਮੋਲਕ ਸਵਾਸਾਂ ਦੇ ਨਾਲ ਵਣਜ ਕਰੇਗਾ ਨਾਮ ਦੇ। ਨਾਮ ਦੇ ਵਣਜ ਕਰਨ ਵਾਲੇ, ਨਾਮ ਦੇ ਵਣਜਾਰੇ ਜੋ ਹਨ ਉਹ ਧਨਵੰਤ ਹਨ। ਦੁਨਿਆਵੀ ਮਾਇਆ ਦੇ ਵਣਜਾਰੇ ਹਜ਼ੂਰ ਕਹਿੰਦੇ ਨੇ ਉਹਨਾਂ ਵਰਗਾ ਤਾਂ ਕੋਈ ਮੰਗਤਾ ਨਹੀਂ, ਕਿਉਂਕਿ ਜਿਉਂ ਪਾਵਕ ਈਧਨ ਨਹੀਂ ਦਰਾਪੈ, ਮਾਇਆ ਦਾ ਲਾਲਚੀ ਕਦੇ ਰਜਦਾ ਨਹੀਂ ਕਦੇ ਨਹੀਂ ਰਜ ਸਕਦਾ। ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਅੱਗ ਨਹੀਂ ਨਾ ਰਜਦੀ, ਜਿਤਨੀਆਂ ਮਰਜ਼ੀ ਹਨ ਲੱਕੜਾਂ ਪਾਈ ਜਾਓ, ਕਦੇ ਅੱਗ ਇਹ ਨਹੀਂ ਕਹਿੰਦੀ ਬਈ ਮੇਰਾ ਪੇਟ ਭਰ ਗਿਆ। ਇਸੇ ਤਰ੍ਹਾਂ ਸੰਸਾਰ ਦੀ ਮਾਇਆ ਦਾ ਲਾਲਚ ਹੈ, ਆਖਿਆ ਜੇ ਲਾਲਚ ਕਰਨਾ ਹੈ ਤਾਂ ਇਹ ਕੀਤਾ ਕਰ ਕਿ ਥੋੜ੍ਹਾ ਸਮਾਂ ਹੋਰ ਨਿਤਨੇਮ ਕਰ ਲਵਾਂ। ਇੱਕ ਪਾਠ ਕੀਤਾ ਸੁਖਮਨੀ ਸਾਹਿਬ ਦਾ, ਦੂਜਾ ਵੀ ਕਰ ਲਵਾਂ, ਪਤਾ ਨਹੀਂ ਅਗਲੇ ਆਉਣ ਵਾਲੇ ਸਵਾਸ ਕਿਹੋ ਜਿਹੇ ਹੋਣਗੇ, ਹੈਨ ਕਿ ਨਹੀਂ ਹਨ। ਕੋਈ ਨੇਕ ਕੰਮ ਕਰ ਰਿਹਾ ਹੋਰ ਵਧੇਰੇ ਕਰ, ਕਿਉਂਕਿ ਇਹ ਸਮਾਂ ਹੀ ਤੇਰੇ ਨਾਲ ਜਾਏਗਾ। ਕਰਮੀ ਆਪੋ ਆਪਣੀ, ਆਪਣੇ ਆਪਣੇ ਕਰਮਾਂ ਦਾ ਖਟਿਆ ਖਾਣਾ ਹੈ। ਜਿਹੜੇ ਚੰਗੀ ਕਰਨੀ ਕਮਾਈ ਕਰਕੇ ਜਾਣਗੇ ਇੱਥੇ ਵੀ ਆਦਰ ਪਾਉਂਦੇ ਹਨ, ਦਰਗਾਹ ਵਿੱਚ ਵੀ ਆਦਰ ਪਾਉਂਦੇ ਹਨ। ਇਸ ਲਈ ਹਜ਼ੂਰ ਦਾ ਬਚਨ ਹੈ ਭਾਈ, ਨਾਮ ਜਪ ਜਪ ਕੇ ਆਪਣਾ ਜੀਵਨ ਸਫਲ ਕਰ ਲੈ। ਨਹੀਂਓ ਲੱਭਨੇ ਲਾਲ ਗਵਾਚੇ, ਸਵਾਸਾਂ ਨੂੰ ਨਾ ਰੋਲ ਬੰਦਿਆ, ਨਹੀਂਓ ਲੱਭਨੇ ਲਾਲ ਗਵਾਚੇ, ਸਵਾਸਾਂ ਨੂੰ ਨਾ ਰੋਲ ਬੰਦਿਆ, 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 ਨਹੀਂਓ ਲੱਭਨੇ ਲਾਲ ਗਵਾਚੇ, ਸਵਾਸਾਂ ਨੂੰ ਨਾ ਰੋਲ ਬੰਦਿਆ, ਨਹੀਂਓ ਲੱਭਨੇ ਲਾਲ ਗਵਾਚੇ, ਸਵਾਸਾਂ ਨੂੰ ਨਾ ਰੋਲ ਬੰਦਿਆ।
ਨਾ ਬੋਲ ਕਿਸੇ ਵੀ ਧਰਮ ਨੂੰ ਨਾ ਕਹਿਣਾ ਏ ਮਨ ਦਾ ਬੋਲ ਕਿਸੇ ਵੀ ਧਰਮ ਨੂੰ ਨਾ ਕਹਿਣਾ ਏ ਆਪਣੇ ਧਰਮ ਵਿੱਚ ਪੱਕਿਆ ਤੂੰ ਰਹਿਣਾ ਵੇ ਆਪਣੇ ਧਰਮ ਵਿੱਚ ਪੱਕਿਆ ਤੂੰ ਰਹਿਣਾ ਵੇ ਪੱਕਿਆ ਤੂੰ ਰਹਿਣਾ ਅੱਗੇ ਮੁੱਲ ਪੈਂਦਾ ਅੱਗੇ ਮੁੱਲ ਪੈਂਦਾ ਪੱਕਿਆਂ ਦਾ ਜਾ ਕੇ ਸਵਾਸਾਂ ਨੂੰ ਨਰੋਲ ਬੰਦਿਆ ਮੰਗੇ ਲੇਖਾ ਧਰਮ ਰਾਏ ਮੂੰਹ ਕੀ ਵਖਾਏਗਾ ਮੰਗੇ ਲੇਖਾ ਧਰਮ ਰਾਏ ਮੂੰਹ ਕੀ ਵਖਾਏਗਾ ਜਪ ਹਰ ਜੀ ਦਾ ਨਾਮ ਸਾਧ ਸੰਗ ਤਰ ਜਾਏਗਾ ਜਪ ਹਰ ਜੀ ਦਾ ਨਾਮ ਸਾਧ ਸੰਗ ਤਰ ਜਾਏਗਾ ਸਾਧ ਸੰਗ ਤਰ ਜਾਏਗਾ ਨਾਮ ਬਿਨਾ ਵੱਡਾ ਦੁੱਖ ਸੰਤਾਪੇ ਨਾਮ ਬਿਨਾ ਵੱਡਾ ਦੁੱਖ ਸੰਤਾਪੇ ਸਵਾਸਾਂ ਨੂੰ ਨਰੋਲ ਬੰਦਿਆ ਸਵਾਸਾਂ ਨੂੰ ਨਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਰੋਲ ਬੰਦਿਆ ਨਹੀਂ ਉਹ ਲੱਭਨੇ ਲਾਲ ਗੁਆਚੇ ਸਵਾਸਾਂ ਨੂੰ ਨਾ ਰੋਲ ਬੰਦਿਆ ਲਗਦੇ ਗੁਰੂ ਜੀ ਤੇਰੇ ਬੋਲ ਵੇ
ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਤੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਸਿੱਖਾਂ ਦਾ ਇਹੋ ਜੀਵਨ ਜਾਗਣ ਪਿਛਲੇ ਪੈਰੇ ਗੁਰਸਿੱਖ ਦਾ ਜੀਵਨ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੇ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪੇ ਸ਼੍ਰੀ ਕਿਉਂਕਿ ਸਭ ਤੋਂ ਪਹਿਲਾਂ ਆਪਣੇ ਉੱਪਰ ਆਪ ਭਲਾ ਕਰਨਾ ਹੈ ਮਨੁੱਖ ਨੇ ਨੀਂਦ ਦਾ ਤਿਆਗ ਕਰਨਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸੱਚ ਦਾ ਮਾਰਗ ਸਾਨੂੰ ਇਹ ਨਹੀਂ ਦੱਸਦਾ ਕਿ ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕੇ ਪੁੱਠੇ ਲਟਕ ਜਾਓ ਤਾਂ ਪ੍ਰਾਪਤੀ ਹੋਵੇਗੀ ਜਾਂ ਘਰ ਬਾਰ ਤਿਆਗ ਦਿਓ ਗ੍ਰਸਤ ਤਿਆਗ ਦਿਓ ਨਹੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ ਇਹ ਗੁਰੂ ਕੇ ਸਿੱਖ ਜੇ ਤਿਆਗ ਕਰਨਾ ਹੈ ਤਾਂ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰ ਇਸ਼ਨਾਨ ਕਰ ਅਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜਦੋਂ ਜੁੜੇਗਾ ਤਾਂ ਗੁਰੂ ਦੇ ਉਹ ਬਚਨ ਬਾਣੀ ਦੇ ਬਚਨ ਉਹ ਬੋਲ ਤੈਨੂੰ ਏਡੇ ਮਿੱਠੇ ਲੱਗਣਗੇ ਕਿ ਤੇਰੇ ਪ੍ਰਾਣਾਂ ਦਾ ਆਧਾਰ ਬਣ ਜਾਣਗੇ ਇਸ ਲਈ ਜਿਨ੍ਹਾਂ ਨੇ ਇਹ ਨਾਮ ਦਾ ਰਸ ਪੀਤਾ ਹੈ ਆਨੰਦ ਮਾਣਿਆ ਉਹ ਇਹ ਸਮਾਂ ਕਦੇ ਸ਼ੌਂਕੇ ਨਹੀਂ ਬਿਤਾ ਸਕਦੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਜੋ 3 ਵਜੇ ਠੀਕ ਕੀਰਤਨ ਆਰੰਭ ਹੋ ਜਾਂਦਾ ਸੀ ਆਪ ਤਾਂ 12:15 ਵਜੇ ਇਸ਼ਨਾਨ ਕਰਕੇ ਜੁੜ ਜਾਂਦੇ ਸਨ ਗੁਰੂ ਨਾਨਕ ਦੇ ਚਰਨਾਂ ਵਿੱਚ ਠੀਕ 3 ਵਜੇ ਕੀਰਤਨੀਆਂ ਸਿੰਘਾਂ ਨੇ ਜੇ ਆ ਕੇ ਕੀਰਤਨ ਆਰੰਭ ਨਹੀਂ ਕਰ ਦਿੱਤਾ ਤਾਂ ਫਿਰ ਆਪ ਸਰੰਦਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਜਾਣਾ ਆਪ ਕੀਰਤਨ ਕਰਨ ਲੱਗ ਜਾਣਾ
ਕੀਰਤਨ ਦੀ ਸਮਾਪਤੀ ਤੋਂ ਉਪਰੰਤ ਤਾੜਨਾ ਕਰਨੀ ਕੀਰਤਨੀਆਂ ਨੂੰ, ਕਿਉਂ ਭਾਈ ਤੂੰ 5 ਮਿੰਟ ਲੇਟ ਆਇਆ। ਉਸ ਨਿਰੰਕਾਰ ਦੀ ਸੱਚੀ ਦਰਗਾਹ ਵਿੱਚੋਂ, ਸੱਚਖੰਡ ਵਿੱਚੋਂ ਤੇਰੇ 5 ਮਿੰਟ ਕੱਟੇ ਗਏ ਹਨ। ਦੱਸ ਇਹਦਾ ਦੇਣਾ ਕੌਣ ਦੇਵੇਗਾ? ਜਿਹੜੇ 5 ਮਿੰਟ ਤੇਰੇ ਬਿਨਾਂ ਜਪਣ ਦੇ ਐਵੇਂ ਬੀਤ ਗਏ ਨੇ ਅੰਮ੍ਰਿਤ ਵੇਲੇ ਦੇ, ਉਹਦਾ ਕੌਣ ਮੁੱਲ ਚੁਕਾ ਸਕਦਾ? ਵਿਚਾਰੀ ਸਾਡਾ ਜੀਵਨ, ਸਾਰਾ ਜੀਵਨ ਸੌਂ ਕੇ ਬੀਤ ਜਾਂਦਾ, ਸਾਨੂੰ ਕੋਈ ਖਿਆਲ ਤੱਕ ਨਹੀਂ ਆਉਂਦਾ। ਪਰ ਜਿਨ੍ਹਾਂ ਨੂੰ ਸਵਾਸਾਂ ਦੀ ਕੀਮਤ ਦਾ ਪਤਾ, ਉਹ ਅੰਮ੍ਰਿਤ ਵੇਲੇ ਜਾਗ ਕੇ ਫਿਰ ਜਦੋਂ ਆਨੰਦ ਮਾਣਦੇ ਹਨ, ਤਾਂ ਉਹਨਾਂ ਦੇ ਰਸਨਾਂ ਤੋਂ ਮੁੜ ਮੁੜ ਇਹ ਸ਼ਬਦ ਨਿਕਲਦੇ ਹਨ। ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਸਦਾ ਰਹੀਏ ਤੇਰੇ ਚਰਨਾਂ ਦੇ ਕੋ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, 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 ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਅੰਮ੍ਰਿਤ ਵੇਲੇ ਉੱਠ ਕਰਾਂ ਇਸ਼ਨਾਨ ਜੀ, ਅੰਮ੍ਰਿਤ ਵੇਲੇ ਉੱਠ ਕਰਾਂ ਇਸ਼ਨਾਨ ਜੀ, ਐਸੀ ਕਰੋ ਦਇਆ ਮੈਨੂੰ ਵਿਸਰੇ ਨਾ ਨਾਮ ਜੀ, ਐਸੀ ਕਰੋ ਦਇਆ ਮੈਨੂੰ ਵਿਸਰੇ ਨਾ ਨਾਮ ਜੀ, ਅੰਮ੍ਰਿਤ ਵੇਲੇ ਉੱਠ ਕਰਾਂ ਇਸ਼ਨਾਨ ਜੀ, ਐਸੀ ਕਰੋ ਦਇਆ ਮੈਨੂੰ ਵਿਸਰੇ ਨਾ ਨਾਮ ਜੀ, ਐਸੀ ਕਰੋ ਦਇਆ ਮੈਨੂੰ ਵਿਸਰੇ ਨਾ ਨਾਮ ਜੀ, ਸਾਨੂੰ
ਰੱਖ ਚਰਨਾ ਦੇ ਕੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ 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 ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਸੱਚਖੰਡ ਵਸਦਾ ਹੈ ਸੋਹਣਾ ਨਿਰੰਕਾਰ ਜੀ ਸੱਚਖੰਡ ਵਸਦਾ ਹੈ ਸੋਹਣਾ ਨਿਰੰਕਾਰ ਜੀ ਕਰ ਕਰ ਵੇਖਦਾ ਹੈ ਨਦਰ ਨਿਹਾਲ ਜੀ ਕਰ ਕਰ ਵੇਖਦਾ ਹੈ ਨਦਰ ਨਿਹਾਲ ਜੀ ਸੱਚਖੰਡ ਵਸਦਾ ਹੈ ਸੋਹਣਾ ਨਿਰੰਕਾਰ ਜੀ ਸੱਚਖੰਡ ਵਸਦਾ ਹੈ ਸੋਹਣਾ ਨਿਰੰਕਾਰ ਜੀ ਕਰ ਕਰ ਵੇਖਦਾ ਹੈ ਨਦਰ ਨਿਹਾਲ ਜੀ ਕਰ ਕਰ ਵੇਖਦਾ ਹੈ ਨਦਰ ਨਿਹਾਲ ਜੀ ਮੇਰੇ ਮਨ ਦੇ ਦੁਆਰੇ ਖੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਰਹੀਏ ਤੇਰੇ ਚਰਨਾਂ ਦੇ ਕੋਲ ਵੇਲੇ ਅੰਮ੍ਰਿਤ ਦੇ ਰਹੀਏ ਤੇਰੇ ਚਰਨਾਂ ਦੇ ਕੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ
ਤੇਰੇ ਚਰਨਾਂ ਦੇ ਕੋਲ ਵੇਲੇ ਅੰਮ੍ਰਿਤ ਦੇ ਪਈਏ ਤੇਰੇ ਚਰਨਾਂ ਦੇ ਕੋਲ ਵੇਲੇ ਅੰਮ੍ਰਿਤ ਦੇ ਵੇਲੇ ਅੰਮ੍ਰਿਤ ਦੇ ਵੇਲੇ ਅੰਮ੍ਰਿਤ ਦੇ ਵੇਲੇ ਅੰਮ੍ਰਿਤ ਵੇਲੇ ਅੰਮ੍ਰਿਤ ਦੇ ਵੇਲੇ ਅੰਮ੍ਰਿਤ ਦੇ ਵੇਲੇ ਅੰਮ੍ਰਿਤ ਦੇ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਆਪਣਾ ਬਣਾ ਲੋ ਮੈਨੂੰ ਦਰੋਂ ਠੁਕਰਾਓ ਨਾ ਆਪਣਾ ਬਣਾ ਲੋ ਮੈਨੂੰ ਦਰੋਂ ਠੁਕਰਾਓ ਨਾ ਕਿਰਪਾ ਨਿਧਾਨ ਦਾਤਾ ਦੂਸਰਾ ਦਿਖਾਓ ਨਾ ਕਿਰਪਾ ਨਿਧਾਨ ਦਾਤਾ ਦੂਸਰਾ ਦਿਖਾਓ ਨਾ ਆਪਣਾ ਬਣਾ ਲੋ ਮੈਨੂੰ ਦਰੋਂ ਠੁਕਰਾਓ ਨਾ ਆਪਣਾ ਬਣਾ ਲੋ ਮੈਨੂੰ ਦਰੋਂ ਠੁਕਰਾਓ ਨਾ ਕਿਰਪਾ ਨਿਧਾਨ ਦਾਤਾ ਦੂਸਰਾ ਦਿਖਾਓ ਨਾ ਕਿਰਪਾ ਨਿਧਾਨ ਦਾਤਾ ਦੂਸਰਾ ਦਿਖਾਓ ਨਾ ਮੈਨੂੰ ਪੈਨਾ ਨੀਂਦਰ ਦੀ ਝੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ 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 ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਅੰਮ੍ਰਿਤ ਦਾ ਦਾਤਾ ਤੂੰ ਹੈ ਕੋਟ ਬ੍ਰਹਿਮੰਡ ਦਾ ਅੰਮ੍ਰਿਤ ਦਾ ਦਾਤਾ ਤੂੰ ਹੈ ਕੋਟ ਬ੍ਰਹਿਮੰਡ ਦਾ ਅੰਮ੍ਰਿਤ ਪਿਲਾ ਦੇ ਮੈਨੂੰ ਨਾਮ ਦੇ ਰੰਗ ਦਾ ਅੰਮ੍ਰਿਤ ਪਿਲਾ ਦੇ ਮੈਨੂੰ ਨਾਮ ਦੇ ਰੰਗ ਦਾ ਅੰਮ੍ਰਿਤ ਦਾ ਦਾਤਾ ਤੂੰ ਹੈ ਕੋਟ ਬ੍ਰਹਿਮੰਡ ਦਾ ਅੰਮ੍ਰਿਤ ਦਾ ਦਾਤਾ ਤੂੰ ਹੈ ਕੋਟ ਬ੍ਰਹਿਮੰਡ ਦਾ ਅੰਮ੍ਰਿਤ ਪਿਲਾ ਦੇ ਮੈਨੂੰ ਨਾਮ ਦੇ ਰੰਗ ਦਾ ਅੰਮ੍ਰਿਤ ਪਿਲਾ ਦੇ ਮੈਨੂੰ ਨਾਮ ਦੇ ਰੰਗ ਦਾ ਦੇਵੋ ਜੀਵਨ ਦੇ ਵਿੱਚ ਰਸ ਘੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਬਬੀ ਤੇਰੇ ਬੋਲ ਵੇਲੇ ਅੰਮ੍ਰਿਤ ਦੇਵੋ ਜੀਵਨ ਦੇ ਵਿੱਚ ਰਸ ਘੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ
ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ 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 ਵੇਲੇ ਅੰਮ੍ਰਿਤ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਬਖਸ਼ਿੰਦ ਦਾਤਾ ਵੱਡਾ ਤੇਰਾ ਦਰਬਾਰ ਜੀ ਬਖਸ਼ਿੰਦ ਦਾਤਾ ਵੱਡਾ ਤੇਰਾ ਦਰਬਾਰ ਜੀ ਪਾਤਸ਼ਾਹ ਪਾਤਸ਼ਾਹ ਅਪਰਮ ਅਪਾਰ ਜੀ ਪਾਤਸ਼ਾਹ ਪਾਤਸ਼ਾਹ ਅਪਰਮ ਅਪਾਰ ਜੀ ਬਖਸ਼ਿੰਦ ਦਾਤਾ ਵੱਡਾ ਤੇਰਾ ਦਰਬਾਰ ਜੀ ਬਖਸ਼ਿੰਦ ਦਾਤਾ ਵੱਡਾ ਤੇਰਾ ਦਰਬਾਰ ਜੀ ਪਾਤਸ਼ਾਹ ਪਾਤਸ਼ਾਹ ਅਪਰਮ ਅਪਾਰ ਜੀ ਪਾਤਸ਼ਾਹ ਪਾਤਸ਼ਾਹ ਅਪਰਮ ਅਪਾਰ ਜੀ ਮੇਰੇ ਸਾਈ ਤੇਰਾ ਨਾਮ ਅਮੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ 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 ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ।
ਰਸਨਾ ਤੇ ਬੈਠ ਸਦਾ ਕੀਰਤਨ ਕਰਾਓ ਜੀ, ਰਸਨਾ ਤੇ ਬੈਠ ਸਦਾ ਕੀਰਤਨ ਕਰਾਓ ਜੀ, ਬਾਣੀ ਦਾ ਪਿਆਰ ਮੇਰੇ ਹਿਰਦੇ ਵਿੱਚ ਪਾਓ ਜੀ, ਬਾਣੀ ਦਾ ਪਿਆਰ ਮੇਰੇ ਹਿਰਦੇ ਵਿੱਚ ਪਾਓ ਜੀ, ਰਸਨਾ ਤੇ ਬੈਠ ਸਦਾ ਕੀਰਤਨ ਕਰਾਓ ਜੀ, ਰਸਨਾ ਤੇ ਬੈਠ ਸਦਾ ਕੀਰਤਨ ਕਰਾਓ ਜੀ, ਬਾਣੀ ਦਾ ਪਿਆਰ ਮੇਰੇ ਹਿਰਦੇ ਵਿੱਚ ਪਾਓ ਜੀ, ਬਾਣੀ ਦਾ ਪਿਆਰ ਮੇਰੇ ਹਿਰਦੇ ਵਿੱਚ ਪਾਓ ਜੀ, ਹਰ ਦਮ ਬੈਠਾ ਤੇਰੀ ਜੋਲ ਵੇਲੇ ਅੰਮ੍ਰਿਤ ਦੇ, ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਤੇਰੇ ਕੁੱਕਰਾਂ ਦਾ ਕੁੱਕਰ ਤੇਰੇ ਦਰ ਦਾ, ਮੈਂ ਤੇਰੇ ਕੁੱਕਰਾਂ ਦਾ ਕੁੱਕਰ ਤੇਰੇ ਦਰ ਦਾ, ਗਾਉਂਦੇ ਰਹੀਏ ਸਦਾ ਕੀਰਤਨ ਤੇਰੇ ਹੀ ਘਰ ਦਾ, ਗਾਉਂਦੇ ਰਹੀਏ ਸਦਾ ਕੀਰਤਨ ਤੇਰੇ ਹੀ ਘਰ ਦਾ, ਮੈਂ ਤੇਰੇ ਕੁੱਕਰਾਂ ਦਾ ਕੁੱਕਰ ਤੇਰੇ ਦਰ ਦਾ, ਮੈਂ ਤੇਰੇ ਕੁੱਕਰਾਂ ਦਾ ਕੁੱਕਰ ਤੇਰੇ ਦਰ ਦਾ, ਗਾਉਂਦੇ ਰਹੀਏ ਸਦਾ ਕੀਰਤਨ ਤੇਰੇ ਹੀ ਘਰ ਦਾ, ਗਾਉਂਦੇ ਰਹੀਏ ਸਦਾ ਕੀਰਤਨ ਤੇਰੇ ਹੀ ਘਰ ਦਾ, ਹਰ ਜੀ ਲੱਗੇ ਨਾ ਤੱਤੀ ਮੈਨੂੰ ਜੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅੰਮ੍ਰਿਤ ਬਾਣੀ ਮਿੱਠੀ ਲੱਗ ਗਈ, ਭੁੱਖ ਲੱਗਣ ਲੱਗ ਗਈ ਸੱਚੇ ਨਾਮ ਦੀ, ਉਹਨਾਂ ਦੇ ਪਰਮਾਰਥ ਵਿੱਚ ਫਿਰ ਗੁਰੂ ਬਰਕਤਾਂ ਪਾਈ ਗਿਆ, ਕਿਉਂਕਿ ਜਿਸ ਨੂੰ ਭੁੱਖ ਹੀ ਨਹੀਂ ਲੱਗੀ, ਜਿਸ ਨੂੰ ਪਿਆਰ ਹੀ ਉਤਪੰਨ ਨਹੀਂ ਹੋਇਆ, ਉਹ ਗੁਰੂ ਨੂੰ ਕਿਵੇਂ ਮਿਲੇਗਾ? ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਅੰਮ੍ਰਿਤ ਵੇਲੇ ਨਾਲ ਪਿਆਰ ਨਹੀਂ ਕਰਦਾ, ਉਹ ਅੰਮ੍ਰਿਤ ਨੂੰ ਕਿਵੇਂ ਪਿਆਰ ਕਰ ਸਕਦਾ? ਉਹ ਗੁਰੂ ਵਾਲਾ ਕਿਵੇਂ ਬਣ ਸਕਦਾ? ਗੁਰੂ ਨੇ ਸਾਨੂੰ
ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਦੇ ਨਾਲ ਸਾਡੀ ਸਾਂਝ ਪਾ ਦਿੱਤੀ। ਐ ਗੁਰੂ ਕੇ ਸਿੱਖ, ਮੈਂ ਅੰਮ੍ਰਿਤ ਪਾ ਰਿਹਾ ਤੇਰੇ ਮੁਖ ਵਿੱਚ। ਜਿਉਂ ਜਿਉਂ ਤੂੰ ਬਾਣੀ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਤੇਰਾ ਮਨ ਨਿਰਮਲ ਹੁੰਦਾ ਜਾਵੇਗਾ, ਤਿਉਂ ਤਿਉਂ ਤੂੰ ਮੇਰੇ ਨੇੜੇ ਹੁੰਦਾ ਜਾਵੇਗਾ। ਜਿਉਂ ਜਿਉਂ ਮਨ ਨਿਰਮਲ ਹੋਵੇਗਾ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਉਤਨਾ ਹੀ ਤੂੰ ਨੇੜੇ ਹੁੰਦਾ ਜਾਏਗਾ ਜਿਉਂ ਜਿਉਂ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇਗਾ। ਤੋ ਜਿਨ੍ਹਾਂ ਦੇ ਪਰਮਾਰਥ ਵਿੱਚ ਗੁਰੂ ਨੇ ਬਰਕਤਾਂ ਪਾਈਆਂ, ਉਹਨਾਂ ਨੇ ਆਪਣਾ ਜੀਵਨ ਸੌਂ ਕੇ ਨਹੀਂ ਜਾਗ ਕੇ ਗੁਜ਼ਾਰਿਆ, ਉਹਨਾਂ ਨੇ ਆਪਣਾ ਜੀਵਨ ਨਾਮ ਦਾਨ ਇਸ਼ਨਾਨ ਬਣਾ ਦਿੱਤਾ। ਗੁਰਮੁਖ ਦਾ ਜੀਵਨ ਹੈ ਜਾਗਣ ਪਿਛਲੇ ਪੈਰ, ਪਿਛਲੇ ਪੈਰ ਜਾਗ ਕੇ ਜੋ ਜਪਦੇ ਹਨ ਅਤੇ ਫਿਰ ਜੋ ਰਸ ਆਉਂਦਾ ਇਹ ਉਹਨਾਂ ਨੂੰ ਹੀ ਪਤਾ ਹੈ। ਦਿਨ ਨੂੰ ਤਾਂ ਫਿਰ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਤਿਉਂ ਤਿਉਂ ਸਾਡਾ ਮਨ ਵੀ ਖਿੰਡ ਜਾਂਦਾ, ਉਹ ਕੰਮ ਕਰਨਾ ਹੈ, ਆਹ ਕਰਨਾ ਹੈ। ਅੰਮ੍ਰਿਤ ਵੇਲੇ ਇਕਾਗਰਤਾ ਹੁੰਦੀ ਹੈ, ਅੰਮ੍ਰਿਤ ਵੇਲੇ ਬਾਣੀ ਨੂੰ ਸਾਡੇ ਮਨ ਦਾ ਚੁੰਬਕ ਅਖਤਿਆਰ ਕਰਦਾ, ਗੁਰੂ ਦੀ ਗੱਲ ਨੂੰ ਮਨ ਜੋੜ ਕੇ ਸੁਣਦਾ ਪੜ੍ਹਦਾ। ਇਸ ਲਈ ਸਾਨੂੰ ਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਆ ਹਜ਼ੂਰ, ਇਸੇ ਲਈ ਅੰਮ੍ਰਿਤ ਵੇਲੇ ਨੂੰ ਵਡਿਆਈ ਦਿੰਦਿਆਂ ਕਹਿੰਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈਆਂ ਦੇ ਵਿਚਾਰਨ ਦਾ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਹੈ। ਇਸ ਲਈ ਗੁਰਮੁਖਾਂ ਨੂੰ ਕਿਹੜਾ ਸਮਾਂ ਮਿੱਠਾ ਲੱਗਦਾ ਹੈ? ਅੰਮ੍ਰਿਤ ਵੇਲਾ। ਕਿਹੜੇ ਬੋਲ ਚੰਗੇ ਲੱਗਦੇ ਹਨ? ਗੁਰੂ ਕੀ ਬਾਣੀ ਦੇ। ਗੰਦੇ ਮੰਦੇ ਮਾੜੇ ਗਾਣੇ ਨਹੀਂ ਸੁਣਨੇ, ਮਾੜੀਆਂ ਗੱਲਾਂ ਮਨ ਨੂੰ ਮੈਲਾ ਕਰ ਦਿੰਦੀਆਂ ਹਨ, ਆਤਮਾ ਨੂੰ ਕਲੰਕਿਤ ਕਰ ਦਿੰਦੀਆਂ ਹਨ, ਅਤੇ ਫਿਰ ਜੀਵ ਗੁਰੂ ਨਾਲੋਂ ਵੀ ਟੁੱਟ ਜਾਂਦਾ ਅਤੇ ਹਰ ਦਮ ਦੁਖੀ ਹੋ ਕੇ ਫਿਰ ਨਰਕਾਂ ਦਾ ਭਾਗੀ ਬਣ ਜਾਂਦਾ। ਅਸੀਂ ਗੁਰਮੁਖ ਬਣਨਾ ਹੈ, ਗੁਰੂ ਕੇ ਲੇਖੇ ਆਪਣੇ ਆਪ ਨੂੰ ਲਾਉਣਾ। ਸਵਾਸਾਂ ਨੂੰ ਚੰਗੇ ਪਾਸੇ ਲਾਵਾਂਗੇ ਤਾਂ ਸਾਡਾ ਲੋਕ ਪਰਲੋਕ ਸੌਰ ਜਾਏਗਾ। ਇਸ ਲਈ ਗੁਰਮੁਖਾਂ ਨੂੰ ਕੀ ਚੰਗਾ ਲੱਗਦਾ? ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ। ਸਤਨਾਮ ਵਾਹਿਗੁਰੂ, 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 ਵਾਹਿਗੁਰੂ 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 ਵਾਹਿਗੁਰੂ।
ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ ਧਰਮਰਾਜ ਨੇ ਮੰਗਣਾ ਲੇਖਾ ਧਰਮਰਾਜ ਨੇ ਮੰਗਣਾ ਪਾਪ ਨਾ ਕਰ ਬੰਦਿਆ 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 ਕਿਸੇ ਨਹੀਂ ਚੱਲਣਾ ਨਾਲ ਕਿਸੇ ਨਹੀਂ ਚੱਲਣਾ ਪਾਪ ਨਾ ਕਰ ਬੰਦਿਆ 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 ਤਨ ਮਿੱਟੀ ਦੇ ਵਿੱਚ ਰਲਣਾ ਤਨ ਮਿੱਟੀ ਦੇ ਵਿੱਚ ਰਲਣਾ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ ਸੁਣ ਬੰਦਿਆ ਜਦੋਂ ਧਰਮ ਅਦਾਲਤ ਲੇਖਾ ਤੇਰਾ ਕਰਸੀਆ ਸੁਣ ਬੰਦਿਆ ਜਦੋਂ ਧਰਮ ਅਦਾਲਤ ਲੇਖਾ ਤੇਰਾ ਕਰਸੀਆ ਚੰਗੇ ਮੰਦੇ ਕਰਮਾਂ ਦੀ ਜਦੋਂ ਫਾਇਲ ਤੇਰੇ ਅੱਗੇ ਧਰਸੀਆ ਚੰਗੇ ਮੰਦੇ ਕਰਮਾਂ ਦੀ ਜਦੋਂ ਫਾਇਲ ਤੇਰੇ ਅੱਗੇ ਧਰਸੀਆ ਧਰਮ ਰਾਜ ਨੇ ਲਿਹਾਜ ਨਹੀਂ ਕਰਨਾ ਧਰਮ ਰਾਜ ਨੇ ਲਿਹਾਜ ਨਹੀਂ ਕਰਨਾ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ
ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਲਿਖਾ ਧਰਮ ਰਾਜ ਨੇ ਮੰਗਣਾ ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਖੱਟੀ ਤਜੋਰੀਆਂ ਤੇ ਭਰੀਆਂ, ਜਪਣਾ ਸੀ ਨਾਮ ਗਵਾਲੀਆਂ ਘੜੀਆਂ, ਪਾਪਾਂ ਦੀ ਖੱਟੀ ਤਜੋਰੀਆਂ ਤੇ ਭਰੀਆਂ, ਜਪਣਾ ਸੀ ਨਾਮ ਤੇ ਗਵਾਲੀਆਂ ਘੜੀਆਂ, ਨਾਮ ਬਿਨਾ ਕੋਈ ਬੇਲੀ ਨਹੀਂ ਬਣਦਾ, ਗੁਰੂ ਤੋਂ ਬਿਨਾ ਕੋਈ ਬਾਹ ਨਹੀਂ ਫੜਦਾ, ਨਾਮ ਬਿਨਾ ਕੋਈ ਬੇਲੀ ਨਹੀਂ ਬਣਦਾ, ਗੁਰੂ ਤੋਂ ਬਿਨਾ ਕੋਈ ਬਾਹ ਨਹੀਂ ਫੜਦਾ, ਆਇਆ ਹੁਕਮ ਤੇ ਤੈ ਹੈ ਚੱਲਣਾ, ਆਇਆ ਹੁਕਮ ਤੇ ਤੈ ਉੱਠ ਚੱਲਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਤੇਰੇ ਨਾਲ ਕਿਸੇ ਨਹੀਂ ਚੱਲਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਜੀਵਨ ਦਾ ਫੁੱਲ ਨਿਤ ਨਹੀਂ ਖਿਲਦਾ, ਬਾਰ ਬਾਰ ਨਹੀਂ ਅਵਸਰ ਮਿਲਦਾ, ਜੀਵਨ ਦਾ ਫੁੱਲ ਨਿਤ ਨਹੀਂ ਖਿਲਦਾ, ਬਾਰ ਬਾਰ ਨਹੀਂ ਅਵਸਰ ਮਿਲਦਾ, ਸਫਲ ਹੋਏ ਉਹਦਾ ਆਣਾ ਜਾਣਾ, ਸੰਤ ਸੇਵਾ ਉਪਕਾਰ ਕਮਾਉਣਾ, ਸਫਲ ਹੋਏ ਉਹਦਾ ਆਣਾ ਜਾਣਾ, ਸੰਤ ਸੇਵਾ ਉਪਕਾਰ ਕਮਾਉਣਾ, ਜੇ ਤੈਂ ਗੁਰੂ ਦੇ ਰਾਹ ਉੱਤੇ ਚੱਲਣਾ, ਜੇ ਤੂੰ ਗੁਰੂ ਦੇ ਰਾਹ ਉੱਤੇ ਚੱਲਣਾ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਤੇਰੇ ਨਾਲ ਕਿਸੇ ਨਹੀਂ ਚੱਲਣਾ, ਤੇਰੇ ਨਾਲ ਕਿਸੇ ਨਹੀਂ ਚੱਲਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਕੁਝ ਵੀ ਤੇਰੇ ਨਾਲ ਨਹੀਂ ਜਾਣਾ, ਸਾਥ ਜਾਏਗਾ ਨਾਮ ਦਾ ਗਹਿਣਾ। ਕੁਝ ਵੀ ਤੇਰੇ ਨਾਲ ਨਹੀਂ ਜਾਣਾ, ਸਾਥ ਜਾਏਗਾ ਨਾਮ ਦਾ ਗਹਿਣਾ। ਰੇਤ ਦੇ ਘਰ ਸਦਾ ਨਹੀਂ ਉਹ ਰਹਿੰਦੇ, ਇਸ ਜਗਤ ਤੋਂ ਸਪਨੇ ਜਾਣਾ। ਰੇਤ ਦੇ ਘਰ ਸਦਾ ਨਹੀਂ ਉਹ ਰਹਿੰਦੇ, ਇਸ ਜਗਤ ਤੋਂ ਸਪਨੇ ਜਾਣਾ। ਪਾ ਕੇ ਸਿੱਖੀ ਦੇ ਸਰੂਪ ਵਾਲਾ ਬਾਣਾ, ਪਾ ਕੇ ਸਿੱਖੀ ਦੇ ਸਰੂਪ ਵਾਲਾ ਬਾਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਲਿਖਾ ਧਰਮ ਰਾਜ ਨੇ ਮੰਗਣਾ, ਲਿਖਾ ਧਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ, ਹਜ਼ੂਰ ਦਾ ਬਚਨ ਹੈ ਕਿ ਜੋ ਕੁਝ ਤੂੰ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਵੇਖ ਵੀ ਰਿਹਾ ਅਤੇ ਲਿਖ ਵੀ ਰਿਹਾ। ਇਹ ਮਤ ਸਮਝ ਪਈ ਇਹ ਜੱਗ ਮਿੱਠਾ ਅਤੇ ਅਗਲਾ ਕਿੰਨੇ ਦਿੱਠਾ। ਜਦੋਂ ਹਿਸਾਬ ਹੁੰਦਾ ਤਾਂ ਰੱਤੀ ਮਾਸੇ ਦਾ ਵੀ ਹਿਸਾਬ ਹੋ ਜਾਂਦਾ, ਜਦੋਂ ਮਾਲਕ ਬਖਸ਼ਿਸ਼ ਕਰੇ ਤਾਂ ਫਿਰ ਉਹਦਾ ਲੱਖ ਦਾ ਵੀ ਹਿਸਾਬ ਨਹੀਂ ਲੈਂਦਾ। ਇਸ ਲਈ ਐਸੇ ਕਰਮ ਨਾ ਕਰ ਕਿ ਜਦੋਂ ਤੂੰ ਨਿਰੰਕਾਰ ਦੇ ਦੁਆਰ ਜਾਵੇਂ ਤੇਰੀ ਆਤਮਾ ਕਲੰਕਿਤ ਹੋਵੇ, ਪਾਪਾਂ ਦਾ ਬੋਝਾ ਤੇਰੇ ਸਿਰ 'ਤੇ ਹੋਵੇ ਅਤੇ ਫਿਰ ਕੀ ਮੂੰਹ ਵਿਖਾਏਗਾ। ਇਸ ਲਈ ਹਜ਼ੂਰ ਕਹਿੰਦੇ ਹਨ ਕਿ ਹਰ ਵੇਲੇ ਤੇਰੇ ਹਰ ਇੱਕ ਕੰਮ 'ਤੇ ਉਸਦੀ ਅੱਖ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਹੜੇ ਚੰਗੇ ਕਰਮ ਕਰਦੇ ਹਨ
ਉਹ ਨੇੜੇ ਹੋ ਜਾਂਦੇ ਹਨ ਨਿਰੰਕਾਰ ਦੇ, ਉਹਨਾਂ ਨੂੰ ਸੱਦ ਕੇ ਗੁਰੂ ਆਪਣੇ ਪਾਸ ਬਿਠਾ ਲੈਂਦਾ, ਆ ਮੇਰੇ ਬੱਚੇ ਤੂੰ ਬੜਾ ਚੰਗਾ ਕੰਮ ਕੀਤਾ। ਅਤੇ ਜਿਹੜੇ ਅਮੋਲਕ ਸਵਾਸ ਪਾ ਕੇ ਨਾਮ ਨਹੀਂ ਜਪਦੇ, ਕੁਕਰਮਾਂ ਵਿੱਚ ਪੈ ਜਾਂਦੇ ਹਨ, ਨਸ਼ਿਆਂ ਵਿੱਚ ਪੈ ਜਾਂਦੇ ਹਨ, ਮਾੜਿਆਂ ਕੰਮਾਂ ਵਿੱਚ ਪੈ ਜਾਂਦੇ ਹਨ, ਅਤੇ ਫਿਰ ਜਿਵੇਂ ਇੱਥੇ ਲੋਕ ਉਹਨਾਂ ਕੋਲੋਂ ਨਫ਼ਰਤ ਕਰਦੇ ਨਾ, ਕੋਈ ਕੋਲ ਨਹੀਂ ਬੈਠਣ ਦਿੰਦਾ, ਇਸੇ ਤਰ੍ਹਾਂ ਉਹਨਾਂ ਦੀ ਆਤਮਾ ਕਲੰਕਿਤ ਹੋ ਜਾਂਦੀ ਹੈ। ਉੱਥੇ ਵੀ ਜਾ ਕੇ ਉਹ ਆਦਰ ਨਹੀਂ ਪਾਉਂਦੇ, ਨਿਰੰਕਾਰ ਫਿਰ ਉਹਨਾਂ ਨੂੰ 84 ਦੇ ਦੁੱਖਾਂ ਵਿੱਚ, ਗੇੜੇ ਵਿੱਚ ਭੇਜ ਦਿੰਦਾ, ਅਤੇ ਹਾਲ ਇਹ ਹੋ ਜਾਂਦਾ ਕਿ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਈ ਹੈ ਦੇਸ ਲੰਮੇ, ਇਹਦੀ ਸਜ਼ਾ ਦਾ ਭਾਗੀ ਨਾ ਬਣ, ਇਸ ਲਈ ਤੈਨੂੰ ਸੋਹਣਾ ਮਨੁੱਛਾ ਜਨਮ ਮਿਲਿਆ, ਇਸ ਨੂੰ ਜਪ ਜਪ ਕੇ ਮਿੱਠੇ ਬੋਲ ਬੋਲ ਕੇ ਜਾ, ਸੇਵਾ ਕਰਕੇ ਕੋਈ ਉਪਕਾਰ ਕਰਕੇ ਜਾ, ਤੇਰਾ ਸਰੀਰ ਨਾ ਰਹੇ ਤੇਰੀ ਯਾਦ ਸਦਾ ਅਮਰ ਰਹੇ, ਇਸ ਲਈ ਪਾਪ ਨਾ ਕਰ ਬੰਦਿਆ। ਲੇਖਾ ਧਰਮ ਰਾਜ ਨੇ ਮੰਗਣਾ, ਲੇਖਾ ਧਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, 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 ਪਾਪ ਨਾ ਕਰ ਬੰਦਿਆ। ਬਾਜੀ ਕਰਕੇ ਤਾਂ ਕੀਤੀ ਜੋ ਕਮਾਈ ਹੈ, ਦਗੇ ਬਾਜੀ ਕਰਕੇ ਜੋ ਕੀਤੀ ਤਾਂ ਕਮਾਈ ਹੈ, ਲਾਨਤਾਂ ਦੀ ਮਾਲਾ ਐਵੇਂ ਗੱਲ ਵਿੱਚ ਪਾਈ ਹੈ, ਲਾਨਤਾਂ ਦੀ ਮਾਲਾ ਐਵੇਂ ਗੱਲ ਵਿੱਚ ਪਾਈ ਹੈ, ਪੀਤੇ ਪਿਆਲੇ ਨਾਲ ਖਾਧੇ ਕਬਾਬ ਤੂੰ, ਜਪਿਆ ਨੀ ਨਾਮ ਅੱਗੇ ਭੋਗੇਗਾ ਅਜਾਬ ਤੂੰ, ਜਪਿਆ ਨੀ ਨਾਮ ਅੱਗੇ ਭੋਗੇਗਾ ਅਜਾਬ ਤੂੰ, ਯਮਰਾਜ ਨੇ ਹੈ ਤੈਨੂੰ ਦਲਣਾ, ਯਮਰਾਜ ਨੇ ਹੈ ਤੈਨੂੰ ਦਲਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਜੀ ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਜੀ ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ,
ਇਹ ਮਤ ਸਮਝ, ਪਾਪ ਦਾ ਬੀਜ ਬੋਣਾ ਤਾਂ ਬੜਾ ਸੌਖਾ ਹੈ, ਆ ਜਦੋਂ ਕਿੱਕਰ ਦਾ ਬੀਜ ਵੇਖੀਏ ਤਾਂ ਬੜਾ ਮਖਮਲ ਵਰਗਾ, ਬੜਾ ਕੂਲਾ ਹੁੰਦਾ, ਬੜਾ ਸੋਹਣਾ ਹੁੰਦਾ, ਪਰ ਜਦੋਂ ਬੀਜ ਬੋਈਏ ਤਾਂ ਜਿਹੜਾ ਫਿਰ ਪੌਦਾ ਉੱਗਦਾ ਉਹ ਕੰਡਿਆਂ ਦਾ ਭਰਿਆ ਹੋਇਆ, ਜਿੱਥੇ ਹੱਥ ਲਾਏਗਾ ਕੰਡੇ ਹੀ ਕੰਡੇ ਹਨ। ਪਾਪ ਦਾ ਬੀਜ ਤਾਂ ਬੜਾ ਪਿਆਰਾ ਲੱਗਦਾ ਪਹਿਲਾਂ, ਪਰ ਜਦੋਂ ਪ੍ਰਫੁੱਲਤ ਹੁੰਦਾ ਹੀ ਨਾ, ਫਿਰ ਇਹ ਜੀਵਨ ਨੂੰ ਕੁੰਭੀ ਨਰਕ ਬਣਾ ਦਿੰਦਾ। ਇਸ ਲਈ ਹਜ਼ੂਰ ਕਹਿੰਦੇ ਹਨ, ਪਾਪਾਂ ਤੋਂ ਡਰ। ਕੋਈ ਚੰਗਾ ਕਰਮ ਕਰਨਾ ਤਾਂ ਉਸੇ ਵੇਲੇ ਕਰ ਲੈ, ਜੇ ਮਨ ਵਿੱਚ ਫੁਰਨਾ ਹੋਇਆ ਕਿਸੇ ਪਾਪ ਕਰਨ ਦਾ ਤਾਂ ਸੋਚ ਉਸ ਨੂੰ, ਦੇਰੀ ਪਾ। ਹੋ ਸਕਦਾ ਕੋਈ ਤੇਰਾ ਚੰਗਾ ਕਰਮ ਤੇਰੇ ਸਾਹਮਣੇ ਆਵੇ, ਤੂੰ ਪਾਪਾਂ ਦੇ ਰਸਤੇ ਤੋਂ ਹਟ ਜਾਵੇਂ। ਇਸ ਲਈ ਕਹਿ ਰਹੇ ਹਨ, ਲੇਖਾ ਧਰਮ ਰਾਜ ਨੇ ਮੰਗਣਾ, ਲੇਖਾ ਧਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ ਜੀ, ਪਾਪ ਨਾ ਕਰ ਬੰਦਿਆ। ਹਰ ਜੀ ਕਿਉਂ ਤੈਨੂੰ ਜੱਗ ਵਿੱਚ ਘੱਲਿਆ, ਖਸਮ ਛੋੜ ਦੂਜੇ ਪਾਸੇ ਲੱਗ ਗਏ ਚੱਲਿਆ, ਪੱਲੇ ਬਨ ਨਾਮ ਵਾਲੀ ਪੂੰਜੀ ਜੇ ਤੂੰ ਆਇਆ, ਮਾਇਆ ਦੀ ਚਮਕ ਤੈਨੂੰ ਰੱਬ ਕਿਉਂ ਬੁਲਾਇਆ, ਦੁੱਖ ਨਰਕਾਂ ਦੇ ਸੁਣ ਕੇ ਤੂੰ ਕੰਮਣਾ, ਦੁੱਖ ਨਰਕਾਂ ਦੇ ਸੁਣ ਕੇ ਤੂੰ ਕੰਮਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਤਿੰਨਾਂ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਗਨੇਰਿਆਂ ਅੱਗੇ ਥੌਰ ਨਾ ਥਾਉ। ਪਾਪ ਕਰਨ ਲੱਗਿਆਂ ਮਨੁੱਖ ਸੋਚਦਾ ਨਹੀਂ, ਕਹਿੰਦਾ ਕਿਹੜਾ ਕੋਈ ਮੈਨੂੰ ਵੇਖ ਰਿਹਾ। ਇੱਕ ਸੱਚੀ ਕਹਾਣੀ ਹੈ, ਇੱਕ ਸੇਠ ਨੇ ਜਿਹਦੇ ਘਰ ਕੋਈ ਔਲਾਦ ਨਹੀਂ ਸੀ, ਆਪਣੇ ਘਰ ਇੱਕ ਨੌਕਰ ਰੱਖਿਆ। ਇਸ ਨੌਕਰ ਨੇ ਰਾਤ ਦਿਨ ਆਪਣੇ ਸੱਚੇ ਧਰਮ ਮਾਤਾ ਪਿਤਾ ਸਮਝ ਕੇ ਸੇਵਾ ਵਿੱਚ ਲੱਗੇ ਰਹਿਣਾ, ਔਰ ਸੇਵਾ ਨਾਲ ਐਸਾ ਮਨ ਜਿੱਤ ਲਿਆ ਇਸ ਬੱਚੇ ਨੇ ਕਿ ਇਹ ਸੇਠ ਔਰ ਇਹਦੀ ਘਰਵਾਲੀ ਸੋਚਦੀ ਹੈ ਬਈ ਸਾਡੀ ਔਲਾਦ ਕੋਈ ਨਹੀਂ, ਕਿਉਂ ਨਾ ਆਪਣੇ ਕਾਰ ਵਿਹਾਰ ਵਿੱਚ ਇਹਦਾ 10% ਹਿੱਸਾ ਰੱਖ ਲਈਏ, ਇਹਦਾ ਵੀ ਜੀਵਨ ਬਣ ਜਾਏਗਾ। ਇਹਦੀ ਸੇਵਾ ਕਰ ਰਿਹਾ ਤੇ 10ਵਾਂ ਹਿੱਸਾ ਇਹ ਲੈ ਜਾਏਗਾ ਕਮਾਈ ਦਾ। ਮਨ ਵਿੱਚ ਚੰਗਾ ਫੁਰਨਾ ਹੋਇਆ, ਕਾਰ ਵਿਹਾਰ ਚੱਲਣ ਲੱਗਾ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੇ, ਕਿਉਂਕਿ ਕਿਸੇ ਗਰੀਬ ਦੇ ਮੁੱਖ ਵਿੱਚ ਪਾਣਾ ਇਹ ਗੁਰੂ ਨਾਨਕ ਦੀ ਗੋਲਕ ਵਿੱਚ ਪਾਣਾ ਹੈ।
ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਭਾਈ ਜੇ ਕਿਸੇ ਨੇ ਗੁਰੂ ਨਾਨਕ ਦੀ ਗੋਲਕ ਵਿੱਚ ਆਪਣੀ ਕਿਰਤ ਕਮਾਈ ਨੂੰ ਸਫਲ ਕਰਨਾ ਹੋਵੇ ਤਾਂ ਗਰੀਬ ਦੇ ਮੁੱਖ ਵਿੱਚ ਪਾਓ। ਇਸ ਸੇਠ ਨੇ ਹੁਣ ਇਸ ਨੂੰ ਰੱਖ ਤਾਂ ਲਿਆ, ਦਿਨੋ ਦਿਨ ਆਮਦਨ ਵਧਣ ਲੱਗੀ ਤੇ ਇੱਕ ਐਸਾ ਸੌਦਾ ਕੀਤਾ ਜਿਹਦੇ ਵਿੱਚ ਲੱਖਾਂ ਰੁਪਏ ਬਚ ਗਏ ਤੇ ਮਨ ਵਿੱਚ ਸੋਚਦਾ ਬਈ ਇੱਕ ਨੌਕਰ 100 ਰੁਪਈਏ ਦੇ ਮਹੀਨੇ ਦੇ ਨੌਕਰ ਨੂੰ ਇਤਨੇ ਲੱਖ ਰੁਪਈਆ ਦੇ ਦੇਵਾਂਗਾ, ਮਨ ਬੇਈਮਾਨ ਹੋ ਗਿਆ। ਕਿਉਂਕਿ ਮਾਇਆ ਜਿਹੜੀ ਹੈ ਇਹ ਜਦੋਂ ਆਉਂਦੀ ਹੈ ਤਾਂ ਮਨੁੱਖ ਨੂੰ ਅੰਨਾ ਕਰ ਦਿੰਦੀ ਹੈ, ਸੋਚਣ ਸਮਝਣ ਨਹੀਂ ਦਿੰਦੀ, ਤੇ ਜਦੋਂ ਜਾਂਦੀ ਹੈ ਤਾਂ ਐਸੀ ਚਪੇੜ ਮਾਰ ਕੇ ਜਾਂਦੀ ਹੈ ਕਿ ਮਨੁੱਖ ਨੂੰ ਪਾਗਲ ਕਰਕੇ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਤੇ ਦੂਰ ਵਾਂਡੇ ਗਿਆ ਹੋਇਆ ਸੀ ਇਸ ਬੱਚੇ ਨੂੰ ਨਾਲ ਲੈ ਕੇ ਤੇ ਡਾਕਟਰ ਦੇ ਨਾਲ ਮਿਲ ਕੇ ਉਸਨੂੰ ਕੁਝ ਰੁਪਏ ਦੇ ਕੇ ਜ਼ਹਿਰ ਦਾ ਟੀਕਾ ਲਵਾ ਦਿੱਤਾ ਉਸ ਬੱਚੇ ਨੂੰ। ਬੱਚਾ ਸਰੀਰ ਛੱਡ ਗਿਆ। ਉਹਦੇ ਮਾਤਾ ਪਿਤਾ ਨੂੰ ਪਹਿਲਾਂ ਤਾਂ ਸੁਨੇਹਾ ਭੇਜਿਆ ਬਈ ਬਿਮਾਰ ਹੈ, ਫਿਰ ਸੀਰੀਅਸ ਹੈ, ਫਿਰ ਆਖਿਆ ਉਹਦਾ ਸਰੀਰ ਹੁਣ ਇੱਥੇ ਨਹੀਂ ਰਿਹਾ ਤੇ ਇੰਨੀ ਦੂਰ ਤੋਂ ਹੁਣ ਇਸਦਾ ਸਰੀਰ ਕਿਵੇਂ ਲਿਆਵਾਂਗੇ, ਸੰਸਕਾਰ ਵੀ ਕਰ ਦਿੱਤਾ। ਤੇ ਪਿਆਰੀ ਸਾਧ ਸੰਗਤ, ਜਦੋਂ ਐਸਾ ਕੁਕਰਮ ਐਡਾ ਵੱਡਾ ਇਸਨੇ ਪਾਪ ਕਰ ਲਿਆ ਤੇ ਇੱਕ ਸਾਲ ਦੇ ਬਾਅਦ ਵਾਹਿਗੁਰੂ ਨੇ ਇਸਦੇ ਘਰ ਇੱਕ ਪੁੱਤਰ ਦਿੱਤਾ। ਇਸਦੀ ਘਰਵਾਲੀ ਕਹਿੰਦੀ ਹੈ ਮੈਂ ਤਾਂ ਸੁਣਿਆ ਸੀ ਕਿ ਪਾਪ ਦਾ ਬੀਜ ਮਾੜਾ ਹੁੰਦਾ ਹੈ, ਪਰ 20 ਸਾਲਾਂ ਬਾਅਦ ਸਾਡੇ ਘਰ ਈਸ਼ਵਰ ਨੇ ਪੁਕਾਰ ਸੁਣੀ ਹੈ, ਸੋਹਣਾ ਲਾਲ ਹੋ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬੜਿਆਂ ਲਾਡਾਂ ਪਾਲਾਂ ਦੇ ਨਾਲ, ਬੜਿਆਂ ਲਾਡਾਂ ਨਾਲ ਪਾਲਿਆ, ਬੱਚਾ ਜਵਾਨ ਹੋਇਆ, ਬੜੀ ਧੂਮਧਾਮ ਨਾਲ ਵਿਆਹ ਕੀਤਾ, ਬੜੀਆਂ ਖੁਸ਼ੀਆਂ ਹੋਈਆਂ। ਪਰ ਬੱਚਾ ਜਦੋਂ ਵਿਆਹ ਕੇ ਘਰ ਲਿਆਇਆ ਜਨਾਨੀ ਨੂੰ, ਦੂਸਰੇ ਦਿਨ ਹੀ ਬਿਮਾਰ ਪੈ ਗਿਆ। ਜਿਉਂ ਜਿਉਂ ਹੁਣ ਇਹ ਸੇਠ ਇਸਦਾ ਇਲਾਜ ਕਰਦਾ ਤਿਉਂ ਤਿਉਂ ਬਿਮਾਰੀ ਵੱਧਦੀ ਜਾ ਰਹੀ ਹੈ। ਜਿਉਂ ਜਿਉਂ ਇਸਦਾ ਇਲਾਜ ਕਰਦਾ ਕੋਈ ਡਾਕਟਰ ਹਕੀਮ ਨਹੀਂ ਛੱਡਿਆ, ਜਿਤਨਾ ਕਿਸੇ ਨੇ ਮੰਗਿਆ ਮੂੰਹ ਮੰਗਿਆ ਦਿੱਤਾ। ਪਰ ਇੱਥੇ ਨੌਬਤ ਪਹੁੰਚ ਗਈ ਕਿ ਦੁਕਾਨ ਵੀ ਵਿਕ ਗਈ, ਕਾਰ ਵਿਹਾਰ ਵੀ ਜਾਂਦਾ ਰਿਹਾ, ਅੱਜ ਘਰ ਵੀ ਵਿਕ ਗਿਆ, ਹੁਣ ਕਿਰਾਏ ਦੇ ਮਕਾਨ ਵਿੱਚ ਬੈਠੇ ਹਨ। ਬੜਾ ਮਯੂਸ ਬੈਠਾ ਇਹ ਸ਼ੇਖ, ਬਈ ਵੇਖੋ ਔਲਾਦ ਹੋਈ ਸੀ ਤੇ ਇੰਨੀਆਂ ਦੁੱਖਾਂ ਨਾਲ ਚੋਲੀਆਂ ਕਿਉਂ ਭਰ ਗਈਆਂ ਹਨ। ਹੁਣ ਡਾਕਟਰਾਂ ਹਕੀਮਾਂ ਨੇ ਵੀ ਜਵਾਬ ਦੇ ਦਿੱਤਾ ਤੇ ਜਦੋਂ ਇਸਨੇ ਗਊ ਦੇ ਨਾਲ ਉਸ ਬੱਚੇ ਵੱਲ ਤੱਕਿਆ ਤੇ ਇਸ ਨੂੰ ਉਸ ਨੌਕਰ ਦੀ ਰੂਹ, ਉਹ ਸਰੂਪ ਨਜ਼ਰ ਆਇਆ। ਉਚਾਰਨ ਕਰੋ ਸ੍ਰੀ ਤੇ ਇਹ ਬੱਚਾ ਖਿੜਖਿੜਾ ਕੇ ਹੱਸ ਪਿਆ, ਕਹਿਣ ਲੱਗਾ ਸੇਠ ਜੀ ਮੈਨੂੰ ਪਛਾਣਿਆ ਜੇ ਮੈਂ ਕੌਣ ਹਾਂ, ਮੈਂ ਉਹੀ ਤੁਹਾਡਾ ਨੌਕਰ ਹਾਂ ਜਿਹਨੂੰ ਤੁਸੀਂ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਇਹ ਨਿਰੰਕਾਰ ਹਰ ਇੱਕ ਦੇ ਕੀਤੇ ਹੋਏ ਤੇ ਨਿਗਾਹ ਰੱਖਦਾ, ਯਾਦ ਰੱਖੋ
ਉਹ ਹਰ ਇੱਕ ਦੀ ਕਰਨੀ ਨੂੰ ਵਾਚ ਰਿਹਾ, ਦੇਖ ਰਿਹਾ। ਉਹ ਤਾਂ ਬਹਿ ਕੇ ਲੇਖਾ ਸਮਝਾਉਂਦਾ, ਸਗੋਂ ਚਿੱਠਾ ਅੱਗੇ ਰੱਖਦਾ। ਸ਼ੇਠ ਜੀ ਮੈਂ ਉਹੀ ਹਾਂ। ਤੇ ਸ਼ੇਠ ਰੋ ਪਿਆ, ਕਹਿਣ ਲੱਗਾ ਮੇਰੇ ਤਾਂ ਪਾਪਾਂ ਦੀ ਸਜ਼ਾ ਮੈਨੂੰ ਮਿਲ ਗਈ, ਪਰ ਉਹ ਜਿਹੜੀ ਤੇਰੀ ਘਰ ਵਾਲੀ ਸਾਰਾ ਜੀਵਨ ਛੱਡਦੀ ਰਹੇਗੀ, ਗਲਦੀ ਰਹੇਗੀ, ਉਹਦਾ ਕੀ ਕਸੂਰ ਸੀ? ਅਖੇ ਉਹ ਡਾਕਟਰ ਸੀ ਜਿਸ ਨੇ ਮੈਨੂੰ ਜ਼ਹਿਰ ਦਾ ਟੀਕਾ ਲਾਇਆ ਸੀ। ਉਸ ਸੇਠ ਨੂੰ ਐਸਾ ਬੈਰਾਗ ਹੋ ਗਿਆ ਕਿ ਉਸੇ ਵੇਲੇ ਖਫਣੀ ਪਾ ਕੇ ਸਾਧੂ ਹੋ ਗਿਆ ਤੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗਾ। ਤੋ ਪਿਆਰੀ ਸਾਧ ਸੰਗਤ, ਕਿਸੇ ਵੀ ਪਾਪ ਕਰਨ ਤੋਂ ਪਹਿਲਾਂ ਸੋਚਣਾ ਬਣਦਾ। ਅਮੋਲਕ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ ਲਓਗੇ, ਤੁਹਾਡਾ ਲੋਕ ਵੀ ਸੁਖੀ ਹੋਵੇਗਾ, ਤੁਹਾਡਾ ਪਰਲੋਕ ਵੀ ਸੁਹੇਲਾ ਹੋਵੇਗਾ। ਲੇਖਾ ਧਰਮ ਰਾਜ ਨੇ ਮੰਗਣਾ, ਲੇਖਾ ਧਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਲੇਖਾ ਧਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਕੀ ਪਾਪ ਨਾ ਕਰ ਬੰਦਿਆ, 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 ਪਾਪ ਨਾ ਕਰ ਬੰਦਿਆ। ਇਹ ਦੇਹੀ ਤੇਰੀ ਨਿਤ ਨਹੀਂ ਰਹਿਣੀ, ਕੋਈ ਨੇਕ ਕਮਾਈ ਕਰ ਜਾ,
ਨਾਮ ਦੀ ਬੇੜੀ ਬੈਠ ਕੇ ਬੰਦਿਆ ਭਵ ਸਾਗਰ ਤੋਂ ਤਰ ਜਾ ਹੋ ਭਵ ਸਾਗਰ ਤੋਂ ਤਰ ਜਾ। ਇੱਕ ਦਿਨ ਬੰਦਿਆ ਹੈ ਉੱਠ ਚੱਲਣਾ, ਇੱਕ ਦਿਨ ਬੰਦਿਆ ਹੈ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ ਹੋ ਬੰਦਿਆ, ਪਰਤ ਕੇ ਆਉਣਾ ਨਹੀਂ। ਇੱਕ ਦਿਨ ਬੰਦਿਆ ਹੈ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ ਓ ਬੰਦਿਆ, ਪਰਤ ਕੇ ਆਉਣਾ ਨਹੀਂ। ਇੱਕ ਦਿਨ ਬੰਦਿਆ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ ਹੋ ਬੰਦਿਆ, ਪਰਤ ਕੇ ਆਉਣਾ ਨਹੀਂ। ਇੱਕ ਦਿਨ ਬੰਦਿਆ ਹੈ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ ਹੋ ਬੰਦਿਆ, ਪਰਤ ਮਾਨਸ ਜਨਮ ਅਮੋਲਕ ਬੰਦਿਆ, ਮਾਨਸ ਜਨਮ ਅਮੋਲਕ ਬੰਦਿਆ, ਪਰਤ ਕੇ ਆਉਣਾ ਨਹੀਂ ਹੋ ਬੰਦਿਆ, ਪਰਤ ਕੇ ਆਉਣਾ ਨਹੀਂ। ਮਾਨਸ ਜਨਮ ਅਮੋਲਕ ਬੰਦਿਆ, ਪਰਤ ਕੇ ਆਉਣਾ ਨਹੀਂ ਓ ਬੰਦਿਆ, ਪਰਤ ਕੇ ਆਉਣਾ ਨਹੀਂ। ਜਿਵੇਂ ਬ੍ਰਿਸ਼ ਨਾਲੋਂ ਟੁੱਟ ਕੇ ਇੱਕ ਵੇਰਾ ਫਲ ਥੱਲੇ ਡਿੱਗ ਪਵੇ, ਉਹ ਮੁੜ ਕੇ ਨਹੀਂ ਲੱਗ ਸਕਦਾ, ਇਸੇ ਤਰ੍ਹਾਂ ਹੀ ਇਹ ਸਾਡਾ ਮਨੁੱਛਾ ਜਨਮ ਵੀ ਇੱਕ ਅਮੋਲਕ ਜਨਮ ਹੈ। ਕਈ ਵੇਰਾਂ ਮਨੁੱਖ ਸੋਚਦਾ ਬਈ ਇਸ ਜਨਮ ਵਿੱਚ ਨਹੀਂ ਅਗਲੇ ਜਨਮ ਵਿੱਚ ਕੋਈ ਨੇਕ ਕਮਾਈ ਕਰ ਲਵਾਂਗਾ, ਨਾਮ ਜਪ ਲਵਾਂਗਾ, ਸੇਵਾ ਸਿਮਰਨ ਪਰਉਪਕਾਰ ਕਰ ਲਵਾਂਗਾ, ਪਰ ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੇ ਇਸ ਨੂੰ ਨਹੀਂ ਸੰਭਾਲਿਆ, ਜਿਨ੍ਹਾਂ ਨੇ ਮਾਨੁੱਖ ਜਨਮ ਦੀ ਕਦਰ ਨਹੀਂ ਕੀਤੀ, ਫਿਰ ਅਵਸਰ ਵਾਹਿਗੁਰੂ ਨੇ ਉਹਨਾਂ ਨੂੰ ਕਦੇ ਨਹੀਂ ਦਿੱਤਾ, ਫਿਰ 84 ਦੇ ਗੇੜਿਆਂ ਵਿੱਚ ਪਤਾ ਨਹੀਂ ਕਿਤਨੇ ਯੁੱਗ ਬੀਤ ਜਾਣਗੇ ਐਸਾ ਅਮੋਲਕ ਸਮਾਂ ਮਿਲਦਿਆਂ। ਇਸ ਲਈ ਇਹ ਪਰਤ ਕੇ ਆਉਣ ਵਾਲਾ ਨਹੀਂ ਹੈ। ਅਮਾਨਸ ਜਨਮ ਅਮੋਲਕ ਬੰਦਿਆ, ਮਾਨਸ ਜਨਮ ਅਮੋਲਕ ਬੰਦਿਆ,
परत के आना नहीं हो बंदिया परत के आना नहीं मानस जन्म अमोलक बंदिया परत के आना नहीं हो बंदिया परत के ਮਿੱਤਰਾਂ ਸਾਥ ਨਾ ਦੇਣਾ ਕਿਸੇ ਕੰਮ ਆਉਣਾ ਨਹੀਂ ਹੋ ਬੰਦਿਆ ਪਰਤ ਕੇ ਆਉਣਾ ਨਹੀਂ ਇੱਕ ਦਿਨ ਬੰਦਿਆ ਦਿਨ ਬੰਦਿਆ ਹੈ ਉੱਠ ਚੱਲਣਾ ਇੱਕ ਦਿਨ ਬੰਦਿਆ ਹੈ ਉੱਠ ਚੱਲਣਾ ਪਰਤ ਕੇ ਆਉਣਾ ਨਹੀਂ ਹੋ ਬੰਦਿਆ ਪਰਤ ਕੇ ਆਉਣਾ ਨਹੀਂ ਇੱਕ ਦਿਨ ਬੰਦਿਆ ਉੱਠ ਚੱਲਣਾ ਪਰਤ ਕੇ ਆਉਣਾ ਨਹੀਂ ਹੋ ਬੰਦਿਆ ਪਰਤ ਕੇ ਆਉਣਾ ਜਾਏਗਾ ਜਦੋਂ ਕੋਈ ਨਾਲ ਨਹੀਂ ਹੋਣਾ 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 ਇਹ ਸਤ ਸੰਗਤ ਤੇਰੇ ਕੰਮ ਆਉਣਾ 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 ਗੁਰਸ
ਸਿੱਖਾ ਕਰ ਨੇਕ ਕਮਾਈ ਵੇਲਾ ਹੱਥ ਆਉਣਾ ਨਹੀਂ ਓ ਬੰਦਿਆ ਵੇਲਾ ਹੱਥ ਆਉਣਾ ਨਹੀਂ ਇੱਕ ਦਿਨ ਬੰਦਿਆ ਕੇ ਆਉਣਾ ਨਹੀਂ ਇੱਕ ਦਿਨ ਬੰਦਿਆ ਹੈ ਉੱਠ ਚੱਲਣਾ ਪਰਤ ਕੇ ਆਉਣਾ ਨਹੀਂ ਓ ਬੰਦਿਆ ਪਰਤ ਕੇ ਆਉਣਾ ਜਦੋਂ ਜੀਵਨ ਸੁਪਨਾ ਬੀਤ ਗਿਆ ਜਦੋਂ ਜੀਵਨ ਸੁਪਨਾ ਬੀਤ ਗਿਆ ਜਦੋਂ ਉਹ ਜੀਵਨ ਸੁਪਨਾ ਬੀਤ ਗਿਆ ਜਦੋਂ ਜੀਵਨ ਸੁਪਨਾ ਇੱਕ ਘੜੀ ਵੀ ਤੈਨੂੰ ਕਿਸੇ ਨਹੀਂ ਰੱਖਣਾ ਇੱਕ ਘੜੀ ਤੈਨੂੰ ਇੱਕ ਘੜੀ ਤੈਨੂੰ ਕਿਸੇ ਨਹੀਂ ਰੱਖਣਾ ਇੱਕ ਘੜੀ ਤੈਨੂੰ ਕਿਸੇ ਨਹੀਂ ਰੱਖਣਾ ਸ਼ਿਨ ਵਿੱਚ ਹੋ ਸੀ ਸਭ ਪਰਾਇਆ ਤੈਨੂੰ ਕਿਸੇ ਵੀ ਬੁਲਾਉਣਾ ਨਹੀਂ ਹੋ ਬੰਦਿਆ ਪਰਤ ਕੇ ਆਉਣਾ ਨਹੀਂ ਇੱਕ ਦਿਨ ਬੰਦਿਆ ਜਨਮ ਅਮੋਲਕ ਬੰਦਿਆ ਮਾਨਸ ਜਨਮ ਅਮੋਲਕ ਬੰਦਿਆ ਪਰਤ ਕੇ ਆਉਣਾ ਨਹੀਂ ਹੋ ਬੰਦਿਆ ਪਰਤ ਕੇ ਆਉਣਾ ਨਹੀਂ ਮਾਨਸ ਜਨਮ ਅਮੋਲਕ ਬੰਦਿਆ ਬੰਦਿਆ ਪਰਤ ਕੇ ਆਉਣਾ ਨਹੀਂ।
ਦੀ ਕਮਾਈ ਜੋ ਮਹਾਂਪੁਰਖ ਕਰ ਗਏ, ਨਾਮ ਦੀ ਕਮਾਈ ਜੋ ਮਹਾਂਪੁਰਖ ਕਰ ਗਏ, ਨਾਮ ਦੀ ਕਮਾਈ ਜੋ ਮਹਾਂਪੁਰਸ਼ ਕਰ ਗਏ, ਨਾਮ ਦੀ ਕਮਾਈ ਜੋ ਮਹਾਂਪੁਰਸ਼ ਕਰ ਗਏ। ਅੰਬਰ ਹੋਏ ਸਦਾ ਇਸ ਜਗ ਤੇ, ਅੰਬਰ ਹੋਏ ਸਦਾ ਇਸ ਜਗ ਤੇ, ਅੰਬਰ ਹੋਏ ਉਹ ਸਦਾ ਇਸ ਜਗ ਤੇ, ਅੰਬਰ ਹੋਏ ਸਦਾ ਇਸ ਜਗ ਤੇ। ਅਰਪਣ ਕਰ ਤੂੰ ਸਭ ਗੁਰੂ ਨੂੰ, ਹੈ ਨਾਲ ਕੁਝ ਜਾਣਾ ਨਹੀਂ, ਹੋ ਬੰਦਿਆ ਨਾਲ ਕੁਝ ਜਾਣਾ ਨਹੀਂ, ਇੱਕ ਦਿਨ ਬੰਦਿਆ ਮੈਂ ਉੱਠ ਚੱਲਣਾ, ਬੜਾ ਹੰਕਾਰ ਕਰਦਾ ਮਨੁੱਖ ਆਪਣੇ ਤਨ ਧਨ ਮਹਿਲ ਮਾੜੀਆਂ ਦਾ। ਹਜ਼ੂਰ ਕਹਿੰਦੇ ਹਨ ਇੱਕ ਛਿਨ ਵਿੱਚ ਪਰਾਇਆ ਹੋ ਜਾਣਾ, ਜਦੋਂ ਤੇਰੇ ਪ੍ਰਾਣ ਪੰਖੇਰੂ ਉੱਡ ਜਾਣਗੇ, ਇਹ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ, ਹੋਰ ਕੀ ਲੈ ਜਾਏਗਾ। ਭਗਤ ਨਾਮਦੇਵ ਜੀ ਤੀਰਥ ਯਾਤਰਾ ਕਰਨ ਗਏ ਅਤੇ ਕਿਸੇ ਹੰਕਾਰੀ ਪੁਰਸ਼ ਸੇਠ ਨੇ ਆਪਣਾ ਪਲਾਟ ਸਿੱਧਾ ਕਰਨ ਲਈ ਨਾਮਦੇਵ ਦੀ ਕੁੱਲੀ ਨੂੰ ਢਾ ਕੇ ਸਾਫ ਕਰ ਦਿੱਤਾ। ਭਗਤ ਨਾਮਦੇਵ ਜੀ ਜਦੋਂ ਵਾਪਸ ਆਏ ਵੇਖ ਕੇ ਹੈਰਾਨ ਹੋ ਗਏ, ਬਈ ਕੁੱਲੀ ਦਾ ਨਾਮੋ ਨਿਸ਼ਾਨ ਨਹੀਂ ਰਿਹਾ। ਪੁੱਛਣ ਲੱਗੇ, ਸੇਠ ਜੀ ਅਸੀਂ ਤੁਹਾਡੇ ਨਾਲ ਰਹਿੰਦੇ ਸਾਂ, ਕਦੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ, ਕਦੇ ਕੋਈ ਦੁਖਾਵਾਂ ਬਚਨ ਤੁਹਾਨੂੰ ਨਹੀਂ ਕਿਹਾ, ਇਹ ਚਾਰ ਦਿਨ ਦੀ ਜ਼ਿੰਦਗੀ ਹੈ, ਤੁਹਾਡੇ ਕੋਲ ਕੱਟ ਲੈਂਦੇ ਤਾਂ ਕੀ ਹਰਜ ਸੀ, ਤੁਸੀਂ ਸਾਡੀ ਛੋਟੀ ਜਿਹੀ ਚੁੱਗੀ ਵੀ ਢਾ ਦਿੱਤੀ ਹੈ। ਅਤੇ ਇਹ ਹੰਕਾਰੀ ਪੁਰਸ਼ ਕਹਿਣ ਲੱਗਾ, ਜਾ ਜਿਹੜਾ ਤੇਰਾ ਹਮੈਤੀ ਹੈ ਬੁਲਾ ਕੇ ਲਿਆ, ਮੇਰੇ ਨਾਲ ਗੱਲ ਕਰੇ, ਤੇਰੀ ਇਤਨੀ ਔਕਾਤ ਹੈ ਮੇਰੇ ਨਾਲ ਗੱਲ ਕਰਨ ਦੀ, ਮੈਂ ਕਿੱਥੇ ਤੇ ਤੂੰ ਕਿੱਥੇ, ਕੋਈ ਤੇਰਾ ਸੁਨੇਹੀ ਹੈ, ਕੋਈ ਤੇਰੇ ਵਿੱਚੋਂ ਚਿੜ ਕੇ ਗੱਲ ਕਰਨ ਵਾਲਾ ਤਾਂ ਮੇਰੇ ਸਾਹਮਣੇ ਕਰ ਉਸਨੂੰ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਹਮਰੋ ਕਰਤਾ ਰਾਮ ਸੁਨੇਹੀ, ਸੇਠ ਜੀ ਮੇਰਾ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਰਾਮ ਹੀ ਹੈ ਮੇਰਾ ਤਾਂ ਸੁਨੇਹੀ, ਹੋਰ ਤਾਂ ਜਗਤ ਦਾ ਝੂਠ ਪਸਾਰਾ ਹੈ। ਉਚਾਰਨ ਕਰੋ ਸ੍ਰੀ ਭਗਤ ਨਾਮਦੇਵ ਜੀ ਕਹਿੰਦੇ ਹਨ, ਹਮਰੋ ਕਰਤਾ ਰਾਮ ਸੁਨੇਹੀ, ਓਏ ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ, ਇਹ ਦੇਹੀ ਵੀ ਤੇਰੀ ਨਹੀਂ ਨਾਲ ਜਾਣੀ, ਏਡਾ ਗਰਭ ਕਰ ਰਿਹਾ, ਏਡਾ ਹੰਕਾਰ ਕਰ ਰਿਹਾ, ਕਿਹੜੀਆਂ ਗਹਿਰੀਆਂ ਨੀਵਾਂ ਖਟਾਈਆਂ ਨੇ, ਗਹਿਰੀ ਕਰਕੇ ਨੀਮ ਖੁਦਾਈ, ਉੱਪਰ ਮੰਡਪ ਛਾਏ,
ਕਿਹੜੀਆਂ ਡੂੰਘੀਆਂ ਨੀਹਾਂ ਤੂੰ ਖੱਟੀਆਂ ਬਈ, ਕਿਤੇ ਮਕਾਨ ਕਮਜ਼ੋਰ ਨਾ ਬਣੇ। ਪਰ ਸਰੀਰ ਕੱਚਾ ਹੈ ਤੇ ਪੱਕੇ ਮਕਾਨ ਨੂੰ ਤੂੰ ਕੀ ਕਰੇਗਾ। ਉੱਪਰ ਮੰਡਪ ਛਾਏ ਏਡੀਆਂ ਡੂੰਘੀਆਂ ਨੀਹਾਂ ਕਰਕੇ ਤੇ ਬੜੇ ਸੋਹਣੇ ਮਹਿਲ ਮਾੜੀਆਂ ਤੂੰ ਬਣਾ ਰਿਹਾ, ਪਰ ਇਹਨਾਂ ਵਿੱਚ ਤੂੰ ਕਿਤਨਾ ਕੁ ਚਿਰ ਰਹੇਗਾ ਇਹ ਤੈਨੂੰ ਪਤਾ? ਆ ਮਾਰ ਕੰਡੇ ਕੋਲੋਂ ਪੁੱਛ ਮਹਾਂਪੁਰਖ ਕੋਲੋਂ ਜਿਨ੍ਹਾਂ ਨੇ ਸੱਚ ਨੂੰ ਪਛਾਤਾ। ਲੱਖ ਬਰਸ ਤੋਂ ਵੀ ਉੱਪਰ ਜੀ ਦੀ ਆਈਓ ਸੀ ਤੇ ਮਾਰਕੰਡਾ ਮਹਾਰਾਜ ਨੂੰ ਸੇਵਕਾਂ ਨੇ ਬੇਨਤੀ ਕੀਤੀ, ਮਹਾਰਾਜ ਕੱਖਾਂ ਦੀ ਚੁੱਗੀ ਪਾਈ ਬੈਠੇ ਹੋ, ਕੋਈ ਸੋਹਣਾ ਮਕਾਨ ਬਣਾ ਲਈਏ, ਏਡੀ ਲੰਬੀ ਉਮਰ ਹੈ ਇਸ ਕੱਚੀ ਛਣ ਵਿੱਚ ਕਿਵੇਂ ਬਿਤਾਓਗੇ? ਤਾਂ ਭਗਤ ਮਾਰਕੰਡਾ ਜੀ ਕਹਿਣ ਲੱਗੇ, ਇਹ ਸਰੀਰ ਹੀ ਕੱਚਾ ਹੈ ਤੇ ਨਾਲੇ ਲੱਖ ਬਰਸ ਬੀਤਦਿਆਂ ਕੋਈ ਦੇਰ ਲੱਗਣੀ ਹੈ, ਐਂ ਬੀਤ ਜਾਣਾ ਤੇ ਕਾਹਨੂੰ ਫਿਰ ਪੱਕੀਆਂ ਬਣਾਈ ਆਈਏ ਬਈ? ਜਦੋਂ ਜਾਈਏ ਤੇ ਫਿਰ ਧਿਆਨ ਪਿੱਛੇ ਰਹਿ ਜਾਏ। ਉਚਾਰਨ ਕਰੋ ਸ੍ਰੀ ਗਹਿਰੀ ਕਰਕੇ ਨੀਮ ਖੁਦਾਈ, ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ। ਕੱਖਾਂ ਦੀ ਕੁੱਲੀ ਵਿੱਚ ਲੱਖ ਵਰਸ ਬਿਤਾ ਦਿੱਤਾ, ਕਿਉਂਕਿ ਸਰੀਰ ਨੂੰ ਝੂਠ ਸਮਝਿਆ, ਉਸ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਨਾਮ ਸੱਚ ਸਮਝਿਆ। ਭਗਤ ਨਾਮਦੇਵ ਜੀ ਕਹਿੰਦੇ ਨੇ, ਸੇਠ ਜੀ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਉਹ ਨਹੀਂ ਰਹੇ ਮੇਰੀ ਮੇਰੀ ਕੈਰੋਂ ਕਰਤੇ ਦਰਜੋਧਨ ਸੇ ਪਾਈ, ਬਾਰਾਂ ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ। ਏਡਾ ਵੱਡਾ ਦਰਯੋਧਨ, ਬਾਰਾਂ ਜੋਜਨ ਜਿਹਦਾ ਛਤਰ ਚੱਲਦਾ ਸੀ, ਰਾਜੇ ਮਹਾਰਾਜੇ ਛਤਰ ਕਰਕੇ ਲੈ ਆਏ ਸੀ, ਤੇ ਫਿਰ ਉਹਦੀ ਦੇਹ ਦਾ ਕੀ ਹਾਲ ਹੋਇਆ? ਗਿਰਜਾ ਨੇ ਵੀ ਨਹੀਂ ਖਾਧੀ, ਕਿਉਂਕਿ ਉਸਨੇ ਵਰਦਾਨ ਲੈ ਰੱਖਿਆ ਸੀ ਮੇਰੀ ਦੇਹ ਬੰਜਰ ਦੀ ਹੋ ਜਾਵੇ, ਤੇ ਬੰਜਰ ਦੀ ਦੇਹ ਨੂੰ ਕਿਵੇਂ ਕੋਈ ਜਾਨਵਰ ਖਾ ਸਕਦਾ ਸੀ? ਉਚਾਰਨ ਕਰੋ ਸ੍ਰੀ ਵਾਹਿਗੁਰੂ, ਕਿਉਂਕਿ ਜੋ ਆਇਆ ਉਸਨੇ ਮਰਨਾ ਤਾਂ ਹੈ ਹੀ। ਜੇ ਮਨੁੱਖ ਇਹ ਸਮਝ ਲਵੇ ਬਈ ਮੈਂ ਜਾਣਾ ਹੀ ਨਹੀਂ, ਤਾਂ ਹਰਨਾਕਸ਼ ਕਿੱਥੇ ਹੈ, ਰਾਵਣ ਕਿੱਥੇ ਹੈ, ਦਰਯੋਧਨ ਕਿੱਥੇ ਹੈ, ਏਡੇ ਏਡੇ ਵੱਡੇ ਜੇ ਨਹੀਂ ਰਹੇ ਤੇ ਫਿਰ ਤੂੰ ਬਈ ਕਿਤਨਾ ਕੁ ਚਿਰ ਬੈਠਾ ਰਹੇਗਾ? ਅਵਲ ਤਾਂ ਦੁਨੀਆਂ ਦੇ ਪਦਾਰਥ ਹੀ ਬ੍ਰਿਸ਼ ਦੀ ਛਾਇਆ ਦੇ ਮੁਤਾਬਕ ਹਨ, ਜਿਵੇਂ ਸੂਰਜ ਦੇ ਨਾਲ ਨਾਲ ਬ੍ਰਿਸ਼ ਦੀ ਛਾਇਆ ਤੁਰਦੀ ਹੈ ਨਾ, ਤਿਵੇਂ ਦੁਨੀਆਂ ਦੇ ਸੁੱਖ ਵੀ ਤੁਰੇ ਰਹਿੰਦੇ ਹਨ, ਇਹ ਕਿਸੇ ਇੱਕ ਕੋਲ ਨਹੀਂ ਠਹਿਰਦੇ। ਪਰ ਜੇ ਚਾਰ ਦਿਨ ਤੇਰੇ ਕੋਲ ਹੈ ਨਹੀਂ ਸਹੀ, ਤਾਂ ਤੂੰ ਕਿਤਨਾ ਕੁ ਚਿਰ ਬੈਠਾ ਰਹੇਗਾ? ਵਿਚਾਰਨਾ ਹੈ। ਇਸ ਲਈ ਹਜ਼ੂਰ ਕਹਿੰਦੇ ਹਨ, ਮੇਰੀ ਮੇਰੀ ਕਹਿਰੋ ਕਰਤੇ ਦਰਜੋਧਨ ਸੇ ਭਾਈ, ਬਾਰਾਂ ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ। ਸਰਬ ਸੋਇਨ ਕੀ ਲੰਕਾ ਹੋਤੀ, ਸਰਬ ਸੋਨੇ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ ਕਹਾਂ ਪਏ ਦਰ ਬਾਂਧੇ ਹਾਥੀ ਛਿਨਵੇਂ ਬਈ ਪਰਾਈ। ਉਹ ਸੋਨੇ ਦੀ ਲੰਕਾ, ਉਹ ਸਵਾ ਲੱਖ ਪੁੱਤਰ, ਇੱਕ ਲੱਖ ਪੂਤ, ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ, ਏਡਾ ਵੱਡਾ ਜਿਹਦਾ ਆਪਣਾ ਪਰਿਵਾਰ ਸੀ ਰਾਵਣ ਦਾ, ਪਰ ਅੰਤ ਵੇਲੇ ਕੋਈ ਦੀਆ ਬੱਤੀ ਕਰਨ ਵਾਲਾ ਵੀ ਕੋਲ ਨਾ ਹੋਵੇ ਤਾਂ ਫਿਰ ਕੀ ਲੈ ਕੇ ਗਿਆ ਬਈ?
सर्व सोइन की लंका होती रावण से अधिकाई, कहां भय दर बांधे हाथी शिन में पही पराई, एक शिन विच पराई हो गई। जिमें हजूर कहिंदे ने कोई रावण दा छोटा परिवार नहीं सी, एक लख पूत सवा लख नाती, पर तह रावण घर दिया ना बाती, जदों मरिया तो कोई दीवा जगाण आला नहीं, ते भाई कोई नेक कमाई करके जा के तेरा शरीर ना रहे पर तू रह जाए, तेरा नाम अमर रहे के फलाना आया सी, क्योंकि ये जगत सराय है, जगत मुसाफिर खाना है, ते जे कोई मुसाफिर खाने नू अपना घर समझ के मल मार के बह जांदा है ता उनू कोई समझदार नहीं कहेगा, उनू कहेंगे मूर्ख है, क्योंकि मुसाफिर खाने ता रात्रि नू आया मुसाफिर पर भाती चला गया। साडा जीवन भी ऐसा है, जदों काल रूपी सूरज चढ़ेगा ये मुसाफिर खाना छड़ना पड़ेगा। हाँ भाई जे मुसाफिर खाने विच आया है ता एथे फिर सफाई करके जा, कोई चंगी तस्वीर ला के जा, कोई चंगा धूप बत्ती करके जा, ताकि आने वाला मुसाफिर जो है वो आके तेरी तारीफ करे, भाई मेरे तो पहले बड़ा चंगा मुसाफिर सी जेड़ा इत्थे बह के गया रह के गया। ऐसी करनी कमाई करके जा संसार तो कि तेरा नाम रह जाए, ए मानस जन्म तेरा अमोलक है। मानस जन्म अमोलक बंदेया, मानस जन्म अमोलक बंदेया, परत के आना नहीं हो बंदेया, परत के आना नहीं। मानस जन्म अमोलक बंदेया, परत के आना नहीं हो बंदेया, परत के आना नहीं। अगे जाहा नकाई निगुरियां दी, अगे जाहा नकाई गेड चुरासी विच पेंदे भाई, पीके अमृत गुरु सिख बन जा, पीके अमृत तू गुर सिख बन जा, वेला हथ आना नहीं हो बंदेया, वेला हथ आना नहीं। एक दिन बंदेया है उठ चलना, परत के आना नहीं ओ बंदेया, परत के आना नहीं।
ਸੁਣ ਜਾ ਬੰਦਿਆ ਉਹ ਸੰਤ ਸਿਪਾਈ ਬਣ ਜਾ ਬੰਦਿਆ ਤੂੰ ਸੰਤ ਸਿਪਾਈ ਹਰ ਥਾਂ ਤੇ ਤੇਰਾ ਗੁਰੂ ਸਹਾਈ ਹਰ ਥਾਂ ਹੋਵੇ ਤੇਰਾ ਗੁਰੂ ਸਹਾਈ ਬਿਨਾਂ ਗੁਰੂ ਦੇ ਕਿਸੇ ਬਾਣੀ ਫੜਨੀ ਬਿਨਾਂ ਗੁਰੂ ਦੇ ਕਿਸੇ ਬਾਣੀ ਫੜਨੀ ਕਿਸੇ ਵੀ ਛੁਡਾਉਣਾ ਨਹੀਂ ਹੋ ਬੰਦਿਆ ਕਿਸੇ ਛੁਡਾਉਣਾ ਨਹੀਂ ਇੱਕ ਦਿਨ ਬੰਦਿਆ ਹੈ ਉੱਠ ਚੱਲਣਾ ਅਮਰਤ ਕੇ ਆਉਣਾ ਨਹੀਂ ਹੋ ਬੰਦਿਆ ਅਮਰਤ ਕੇ ਆਉਣਾ ਸਤਨਾਮ ਵਾਹਿਗੁਰੂ 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 ਇੱਕ ਦਿਨ ਬੰਦਿਆ ਹੈ ਉੱਠ ਚੱਲਣਾ ਪਰਤ ਕੇ ਆਉਣਾ ਨਹੀਂ ਹੋ ਬੰਦਿਆ ਪਰਤ ਕੇ ਆਉਣਾ ਨਹੀਂ ਇੱਕ ਦਿਨ ਬੰਦਿਆ ਉੱਠ ਚੱਲਣਾ ਪਰਤ ਕੇ ਆਉਣਾ ਨਹੀਂ ਹੋ ਬੰਦਿਆ ਪਰਤ ਕੇ ਆਉਣਾ ਨਹੀਂ ਹਰ ਥਾਂ ਤੇ ਹੈ ਵਾਹਿਗੁਰੂ ਵਸਦਾ ਹਰ ਥਾਂ ਤੇ ਹੈ ਵਾਹਿਗੁਰੂ ਵਸਦਾ ਗੁਰੂ ਦੱਸਦਾ ਸੱਚ ਦਾ ਰਸਤਾ ਗੁਰੂ ਦੱਸਦਾ ਸੱਚ ਦਾ ਰਸਤਾ ਹਰ ਥਾਂ ਤੇ ਵਾਹਿਗੁਰੂ ਵਸਦਾ ਸੇਂਦਾ ਸੱਚ ਦਾ ਰਸਤਾ ਗੁਰੂ ਦੱਸੇਂਦਾ ਸੱਚ ਦਾ ਰਸਤਾ ਕਰ ਸੇਵਾ ਜਪ ਨਾਮ ਸਾਈਂ ਦਾ ਹਰ ਜੀ ਨੂੰ ਭੁਲਾਉਣਾ ਨਹੀਂ ਹੋ ਬੰਦਿਆ ਹਰ ਜੀ ਨੂੰ ਭੁਲਾਉਣਾ ਨਹੀਂ ਇੱਕ ਦਿਨ ਬੰਦਿਆ ਹੈ ਉੱਠ ਚੱਲਣਾ
परत के आना नहीं हो बंदिया परत के आना नहीं एक दिन बंदिया है उठ चलना परत के आना नहीं हो बंदिया परत के आना नहीं।